ਲਿਖੀਆਂ ਕਾਲਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਤੁਸੀਂ ਮੈਨੂੰ ਟੈਲੀਫੋਨ ਕਰਦੇ ਹੋ, ਮੇਰੀ ਕਾਲ ਡਾਇਵਰਟ ਤੇ ਆ, ਮੈਂ ਕੋਈ ਕਾਲ ਆਪਣੀ ਆਪ ਨਹੀਂ ਸੁਣ ਸਕਦਾ। ਉਹ ਮੇਰਾ ਪੀਏ ਜਿਹੜਾ ਗਰੀਬ ਆਦਮੀ, ਉਹਨੂੰ ਵੀ ਐਨਡੀਪੀਐਸ ਵਿਚ ਮਾਰ ਦਿੱਤਾ ਇਹਨਾਂ ਨੇ। ਉਹ ਸਿਰਫ ਕਾਲ ਅਟੈਂਡ ਕਰਦਾ ਸੀ, ਡਾਇਵਰਟ ਹੋ ਕੇ ਕਾਲ ਉਹਦੇ ਫੋਨ ਤੇ ਜਾਂਦੇ ਸੀ, ਮਨੀਸ਼ ਸ਼ਰਮਾ। ਤੇ ਸਿਰਫ ਕਾਲ ਜਿਹੜੀ ਕੋਈ ਕਾਲ ਚੱਕੀ, ਫਰਜ਼ ਕਰੋ ਗੁਰਦੇਵ ਨੇ ਕਿਸੇ ਹੋਰ ਨੰਬਰ ਤੋਂ ਵੀ ਮੈਨੂੰ ਕੀਤੀ, ਜਾਂ ਮੈਂ ਆਪਣਾ ਪੀਐਸਓ, ਮੇਰੇ ਟੈਲੀਫੋਨ ਦੀ ਬੈਟਰੀ ਡੈਡ ਹੋ ਰਹੀ ਸੀ, ਮੈਂ ਜਦੋਂ ਦਿੱਲੀਓਂ ਟਰੈਵਲ ਕਰ ਰਿਹਾ ਸੀ, ਮੇਰੇ ਪੀਐਸਓ ਦਾ ਫੋਨ ਚੱਕ ਲਿਆ, ਲੈ ਲਿਆ ਮੈਂ। ਉਹ ਵੀ ਗਰੀਬ ਮਾਰ ਕਰਤੀ, ਇੱਕ ਰਿਟਾਇਰਡ ਹੁਣ ਕਾਂਸਟੇਬਲ ਹੈ ਵਿਚਾਰਾ ਗਰੀਬ ਆਦਮੀ, ਉਹਨੂੰ ਵੀ ਐਨਡੀਪੀਐਸ ਵਿਚ ਮੇਰੇ ਨਾਲ ਗੁਨਾਹਗਾਰ ਬਣਾ ਦਿੱਤਾ। ਔਰ ਉਸ ਵਕਤ ਐਸਆਈਟੀ ਵੀ ਕੋਲ 70-75 ਕਾਲਾਂ ਫਰਜ਼ੀ ਜਿਹੀਆਂ ਬਣਾਤੀ, ਜਿਹੜੀ ਇੱਕ ਸਕਿੰਟ ਦੀ ਕਾਲ ਵੀ ਸੀ, ਜਿਹੜੀ ਕਾਲ ਕੱਟੀ ਵੀ ਗਈ, ਜਿਹੜੀ ਕਾਲ ਡਰੋਪ ਵੀ ਹੋ ਗਈ। ਗੁਰਦੇਵ ਨੇ ਆਪਣੇ ਜਿਹੜੇ ਇੱਧਰ ਉਧਰ ਗੱਲਾਂ ਕੀਤੀਆਂ ਉਹ ਸਾਰੀਆਂ ਪਾ ਕੇ ਜੀ 70 ਕਾਲਾਂ ਖੇਰੇ ਨੇ ਡਰੱਗ ਮਾਫੀਆ ਨਾਲ, ਡਰੱਗ ਕਿੰਗ ਪਿੰਨ ਬਣਾ ਦਿੱਤਾ ਜੀ ਮੈਨੂੰ। ਖੈਰ, ਮੈਂ ਅੱਜ ਉਹ ਹੈ ਨਹੀਂ ਗਏ, ਸਵਰਗ ਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਮੈਨੂੰ ਜੋ ਜਾਣਕਾਰੀ ਆ, ਜਦੋਂ ਮਾਮਲਾ ਐਨਡੀਪੀਐਸ ਦਾ ਗਿਆ, ਕਿਉਂਕਿ ਉਦੋਂ ਵੀ ਸਰਕਾਰ ਚਾਹੁੰਦੀ ਸੀ ਕਿ ਖੈਰੇ ਨੂੰ ਠੋਕ ਦਿਓ, ਐਨਡੀਪੀਐਸ ਦੀ ਐਫਆਈਆਰ ਠੋਕ ਦਿਓ। ਆਈ ਐਮ ਟੋਲਡ, ਆਈ ਡੋਂਟ ਨੋ ਕਿੰਨਾ ਸੱਚ ਹੈਗਾ, ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਹੀਂ, ਇਹਦੇ ਪਿਤਾ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਮੇਰੇ ਕੁਲੀਗ ਰਹੇ ਨੇ, ਔਰ ਇਹ ਪਰਿਵਾਰ ਜਿਹੜਾ ਪੰਜਾਬ ਦੇ ਵਿੱਚ ਇੱਕ ਅੱਛਾ ਪਰਿਵਾਰ ਹੈ, ਮੈਂ ਇਸ ਮੁੰਡੇ ਨੂੰ ਐਨਡੀਪੀਐਸ ਵਰਗੇ ਝੂਠੇ ਮੁਕੱਦਮੇ ਵਿੱਚ ਉਹਨੂੰ ਗ੍ਰਿਫ਼ਤਾਰ ਨਹੀਂ ਹੋਣ ਦੇਣਾ। ਤਾਂ ਮਾਮਲਾ ਡ੍ਰੌਪ ਹੋ ਗਿਆ, ਐਸਆਈਟੀ ਬੰਦ ਨਹੀਂ ਹੋਈ। ਉਸ ਤੋਂ ਬਾਅਦ 2017 ਤੇ ਆ ਗਿਆ ਸਿੱਧਾ ਮੈਂ, ਉਹ 15 ਦੇ ਵਿੱਚ ਇਨ ਦ ਮੀਨ ਟਾਈਮ ਗੁਰਦੇਵ ਸਿੰਘ ਵਗੈਰਾ ਸਾਰੇ ਫੜੇ ਗਏ, ਉਹਨਾਂ ਦੀ ਟਰਾਇਲ ਸ਼ੁਰੂ ਹੋ ਗਈ ਫਾਜ਼ਿਲਕਾ ਦੀ ਸਪੈਸ਼ਲ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ। ਟਰਾਇਲ ਕਾਫੀ ਐਡਵਾਂਸ ਸਟੇਜ ਤੇ ਆ ਗਈ। 2017 ਮੈਂ ਲੀਡਰ ਆਫ ਆਪੋਜੀਸ਼ਨ ਸੀਗਾ, ਰਾਣਾ ਗੁਰਜੀਤ ਸਿੰਘ ਦਾ ਜਿਹੜਾ ਮਸਲਾ ਉਠਿਆ, ਰੇਤਾ ਦੀਆਂ ਖੱਡਾਂ ਦੀਆਂ ਨਿਲਾਮੀ ਦਾ, ਉਹਨੇ ਆਪਣੇ ਇੱਕ ਖਾਨਸਾਮੇ ਤੋਂ 25 ਕਰੋੜ ਰੁਪਏ ਦਿੱਤਾ। ਮੈਂ ਲੀਡਰ ਆਫ ਆਪੋਜੀਸ਼ਨ ਸੀ, ਆਈ ਕੁਡ ਨਾਟ ਕਲੋਜ਼ ਮਾਈ ਆਈਜ਼, ਮੈਂ ਆਪਣੀ ਅੱਖਾਂ ਬੰਦ ਨਹੀਂ ਸੀ ਕਰ ਸਕਦਾ, ਸਿਰਫ ਪੰਜਾਬ ਦੀ ਗੱਲ ਕਹਿਣ ਵਾਸਤੇ, ਸੱਚ ਬੋਲਣ ਵਾਸਤੇ ਮੈਂ ਜਿਹੜਾ ਸੀਗਾ ਉਹਦਾ ਵਿਰੋਧ ਕੀਤਾ। ਰਾਣੇ ਨੂੰ ਆਉਣਾ ਕੱਢਣਾ ਪਿਆ ਕੈਪਟਨ ਅਮਰਿੰਦਰ ਸਿੰਘ ਨੂੰ, 7-8 ਮਹੀਨਿਆਂ ਤੋਂ ਬਾਅਦ ਕੈਬਨਿਟ ਚੋਂ ਡ੍ਰੌਪ ਕਰਤਾ, ਮੁੜ ਕੇ ਉਹ ਦੁਸ਼ਮਣ ਬਣ ਗਿਆ ਮੇਰਾ। ਉਸਨੇ ਜਾ ਕੇ ਮੈਨੂੰ ਉਹ ਰੂਟ ਜਿਹੜਾ ਲਿਆ, ਉਹ ਡਿਫਰੈਂਟ ਰੂਟ ਸੀਗਾ, ਉਹਨਾਂ ਨੇ ਕਿਹਾ ਜਿਹੜੀ ਚੱਲਦਾ ਕੇਸ ਹੈਗਾ ਫਾਜ਼ਿਲਕਾ ਦੀ ਅਦਾਲਤ ਵਿੱਚ, ਉਹਨਾਂ ਨੇ ਮੈਨੂੰ ਮੈਨੂਪੁਲੇਟ ਕਰਕੇ 319 ਦੇ ਵਿੱਚ ਤਲਬ ਕਰਾ ਲਿਆ, ਕੋਰਟ ਵਿੱਚ ਸਮਨ ਕਰਾ ਲਿਆ 2017 ਦੇ ਵਿੱਚ। ਬਹੁਤ ਹਾਹਾਕਾਰ ਮੱਚੀ, ਕਿਉਂਕਿ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ। ਔਰ ਉਸ ਤੋਂ ਬਾਅਦ ਜਿਹੜਾ ਸੀਗਾ, ਸਵਾਗਤ ਕਰਦਾ ਗੁਰਜੀਤ ਸਿੰਘ ਔਜਲਾ, ਸਾਡੇ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਤੋਂ। ਮੈਂ ਲੀਡਰ ਆਫ ਆਪੋਜੀਸ਼ਨ ਸੀਗਾ, ਮੈਂ ਹਾਈਕੋਰਟ ਗਿਆ ਅਗੇਂਸਟ ਦੀ ਆਰਡਰ, ਬਿਕੋਜ਼ ਮੈਨੂੰ ਕੋਰਟ ਨੇ ਸਮਨ ਕਰ ਲਿਆ ਸੀਗਾ। ਹਾਈਕੋਰਟ ਨੇ ਮੇਰੇ ਨਾਨ ਅਵੇਲੇਬਲ ਵਾਰੰਟ ਸਕੁਆਸ਼ ਕਰਤੇ ਤੇ ਮੇਰੀ ਜਿਹੜੀ ਰਿਵੀਜ਼ਨ ਸੀਗੀ ਉਹ ਡਿਸਮਿਸ ਕਰਤੀ। ਆਈ ਹੈਡ ਟੂ ਗੋ ਟੂ ਦਾ ਸੁਪਰੀਮ ਕੋਰਟ। ਮੈਨੂੰ ਯਾਦ ਹੈ ਡਿਸੰਬਰ ਦੀ 2017 ਦੀ ਸੁਪਰੀਮ ਕੋਰਟ ਨੇ ਦੋ ਜੱਜਿਸ ਜਿਹੜੇ ਉੱਥੇ ਬੈਠਦੇ, ਦੋ ਜੱਜਿਸ ਨੇ ਮੇਰੀ ਸਮਨਿੰਗ ਸੁਪਰੀਮ ਕੋਰਟ ਨੇ ਸਟੇ ਕਰ ਦਿੱਤੀ, ਰੋਕ ਦਿੱਤਾ, ਜਿਹਦੇ ਕਰਕੇ ਮੈਂ ਬਚ ਗਿਆ। 2017 ਤੋਂ ਬਾਅਦ ਇਹ ਮਾਮਲਾ ਮੇਰੇ ਤੇ ਹਮਲਾ ਹੋਇਆ। ਫਿਰ ਆ ਜਾਓ ਸਿੱਧਾ ਤੁਸੀਂ 2021 ਚ ਕਿਸਾਨਾਂ ਦਾ ਅੰਦੋਲਨ, ਯੁਆਪਾ ਦੇ ਖਿਲਾਫ ਲੜਾਈ, ਅਤੇ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਮੈਂ ਕੋਈ ਇੱਡਾ ਨੈਸ਼ਨਲ ਲੀਡਰ ਤਾਂ ਹੈ ਨੀਗਾ, ਮੈਂ ਈਡੀ ਦੀ ਰੇਡਾਰ ਤੇ ਆ ਗਿਆ। ਇਸੇ ਘਰ ਵਿੱਚ ਮੇਰੇ ਛਾਪਾ ਮਾਰਿਆ ਗਿਆ। ਸਾਡੇ ਘਰੋਂ ਕੀ ਲੱਭਣਾ ਸੀ? ਵਿਆਹ ਦੀਆਂ ਡੈਰੀਆਂ, ਘਰ ਦਾ ਖਰਚਾ, ਉਹੀ ਤੁੱਥ ਪੁੱਥ ਕਰਕੇ ਉਹਨਾਂ ਨੇ 8-9 ਮਹੀਨੇ ਇਨਵੈਸਟੀਗੇਟ ਕਰਕੇ, ਜਦੋਂ ਇਲੈਕਸ਼ਨ ਆ ਗਈ 2022 ਦੀ, ਉਤੋਂ ਚੰਦ ਇੱਕ ਅੱਧਾ ਡੇਢ ਮਹੀਨਾ ਪਹਿਲਾਂ, 2 ਮਹੀਨੇ ਇਲੈਕਸ਼ਨ ਤੋਂ ਪਹਿਲਾਂ ਮੈਨੂੰ ਗ੍ਰਿਫ਼ਤਾਰ ਕਰਕੇ ਈਡੀ ਨੇ ਇਸ ਕੇਸ ਵਿੱਚ ਇਨਵੋਲਵ ਕਰ ਲਿਆ। ਹਾਲਾਂਕਿ ਦੇ ਕੁਡ ਨਾਟ ਡੂ ਇਟ, ਕਿਉਂਕਿ ਜਿਹੜੇ ਸਮਨਸ ਨੂੰ ਆਧਾਰ ਬਣਾ ਰਹੇ ਸੀ, ਸ਼ਡਿਊਲਡ ਓਫੈਂਸ ਲੈ ਰਹੀ ਸੀ ਈਡੀ, ਉਹ ਸਮਨਸ ਮੇਰੇ ਉਸ ਵਕਤ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤੇ ਹੋਏ ਸੀਗੇ। ਪਰ ਹੁਣ ਈਡੀ ਨੂੰ ਕੌਣ ਪੁੱਛੇ, ਸੀਬੀਆਈ ਨੂੰ ਕੌਣ ਪੁੱਛੇ,
ਇਹ ਦੇਸ਼ ਦੀਆਂ ਕੇਂਦਰੀ ਏਜੰਸੀਆਂ ਨੂੰ ਕੌਣ ਪੁੱਛੇ? ਉਨ੍ਹਾਂ ਨੇ ਧੱਕੇ ਨਾਲ ਮੈਨੂੰ ਅਰੈਸਟ ਕਰਕੇ ਤੇ ਮੇਰਾ ਕੇਸ ਚਲਾ ਦਿੱਤਾ PMLA ਪ੍ਰੋਸੀਡਿੰਗ ਦੇ ਤਹਿਤ। ਹੁਣ ਉਸ ਕੇਸ ਵਿਚ ਸਟੋਰੀ ਚ ਨਹੀਂ ਜਾਂਦਾ, ਬਹੁਤ ਮਨ ਘੜਤ ਝੂਠਾ ਜਿਹੜਾ ਸਾਡਾ ਖਰਚੇ ਦਾ ਪਾੜਾ ਬਣਾ ਕੇ ਝੂਠ ਸੱਚ ਜਿਹੜੀਆਂ ਮੇਰੀਆਂ ਐਗਰੀਕਲਚਰ ਲਿਮਿਟ ਚੱਕੀਆਂ ਸੀ ਅਗਰ ਉਹ ਵਿਚ ਪਾ ਦਿੰਦੇ ਕੇਸ ਹੀ ਨਹੀਂ ਸੀ ਬਣਦਾ। ਪਰ ਚਲੋ ਉਨ੍ਹਾਂ ਨੇ ਕਹਿਤਾ ਜੀ ਇਹ ਡਰੱਗ ਮਨੀ ਆ ਜਿਹੜਾ 2-3 ਕਰੋੜ ਰੁਪਈਆ, 2.5 ਕਰੋੜ ਰੁਪਏ ਕਹਿ ਜੀ ਜਿਹੜਾ ਕੱਢਿਆ ਇਹਨਾਂ ਦਾ ਆਮਦਨ ਦਾ ਤੇ ਖਰਚੇ ਦਾ ਪਾੜਾ 7 ਸਾਲ ਦਾ, ਇਹ ਡਰੱਗ ਮਨੀ ਖਹਿਰਾ ਡਰੱਗ ਮਨੀ। ਚਲੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੀ ਅਦਾਲਤ ਚੋਂ ਹਾਈਕੋਰਟ ਚੋਂ ਉਸ ਵਕਤ ਬੇਲ ਹੋ ਗਈ। ਇਨ ਦਾ ਮੀਨ ਟਾਈਮ 2022-2023 ਦੇ ਸ਼ੁਰੂ ਦੇ ਵਿਚ ਫੈਬਰੀ ਦੇ ਵਿਚ ਜਿਹੜਾ ਮੇਰਾ ਕੇਸ ਸੀਗਾ ਸਮਨਸ ਜਿਹੜੇ ਸਟੇਅ ਕੀਤੇ ਸੀ ਆਨਰੇਬਲ ਸੁਪਰੀਮ ਕੋਰਟ ਨੇ, 2 ਜੱਜਸ ਦੇ ਬੈਂਚ ਨੇ, ਉਹ 2-3 ਤੇ 3-5 ਮੈਂਬਰ ਜਸਟਿਸਿਸ ਦਾ ਜੱਜਸ ਦਾ ਸੁਪਰੀਮ ਕੋਰਟ ਦਾ ਕੌਂਸਟੀਟਿਊਸ਼ਨਲ ਬੈਂਚ ਇੱਕ ਬਣਾਇਆ ਗਿਆ ਮੇਰੇ ਵਾਸਤੇ, ਮੇਰੇ ਕੇਸ ਵਾਸਤੇ ਕਿ ਕੀ ਖਹਿਰੇ ਨੂੰ 319 ਵਿਚ ਤਲਬ ਕਰਨਾ ਠੀਕ ਸੀਗਾ। ਉਸ ਵਕਤ ਜਦੋਂ ਟ੍ਰਾਇਲ ਖਤਮ ਹੋ ਚੁੱਕੀ ਸੀਗੀ, ਗੁਰਦੇਵ ਸਿੰਘ ਜਿਹੜਾ ਮੇਰਾ ਜਾਣਕਾਰ ਸੀਗਾ ਉਹਦੇ ਸਮੇਤ 10 ਬੰਦਿਆਂ ਨੂੰ ਸ਼ਾਇਦ 20-20 ਸਾਲ ਕੈਦ ਹੋ ਚੁੱਕੀ ਸੀਗੀ ਕਿ ਕੀ ਕਿਸੇ ਨੂੰ ਕੇਸ ਖਤਮ ਹੋਣ ਤੋਂ ਬਾਅਦ ਕੀ ਕਿਸੇ ਨੂੰ ਤਲਬ ਕੀਤਾ ਜਾ ਸਕਦਾ ਵਾ? ਇਟ ਵਾਜ਼ ਏ ਕੌਂਸਟੀਟਿਊਸ਼ਨਲ ਲਾ ਪੁਆਇੰਟ ਫੋਰ ਦਾ ਰੈਸਟ ਆਫ ਦਾ ਇੰਡੀਆ ਕੰਟਰੀ। 5 ਜੱਜਸ ਬੈਠੇ ਫੈਬਰੀ 2023 ਆ ਹੁਣ ਪਿਛਲੇ ਸਾਲ 5 ਜੱਜਸ ਨੇ ਯੂਨੈਨਮਸ ਫੈਸਲਾ ਦੇ ਕੇ ਮੇਰੇ ਸਮਨਸ ਕੋਸ਼ ਕਰਤੇ, ਮੈਨੂੰ ਬਰੀ ਕਰ ਦਿੱਤਾ। ਔਰ ਉਹ ਜਿਹੜਾ ਜੱਜਮੈਂਟ ਆ ਉਹ ਲਾ ਜਨਰਲ ਵਿਚ ਬੱਚਿਆਂ ਦੇ ਇਮਤਿਹਾਨਾਂ ਚ PCS ਵਿਚ ਮੇਰਾ ਕੇਸ ਸਾਈਟ ਕੀਤਾ ਜਾ ਰਿਹਾ। ਇਹਦੇ ਬਾਵਜੂਦ ਸਭ ਕੁਝ ਜਾਣਦੇ ਆ, ਔਰ ਭਗਵੰਤ ਮਾਨ ਮੇਰਾ ਕੁਲੀਗ ਸੀ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ, ਉਹਦੀ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ, ਉਹ ਉਸਨੇ ਆਣ ਕੇ ਪਬਲਿਕ ਡੋਮੇਨ ਚ ਕਿਹਾ ਕਿ ਜਿਹੜਾ ਖੇਰੇ ਨੂੰ ਫਸਾਇਆ ਜਾ ਰਿਹਾ NDPS ਕੇਸ ਵਿਚ, ਇਹ ਕੇਸ ਇੱਕੋ ਹੀ ਅੱਛੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਦੁਬਾਰਾ ਕਿ ਜਿਹੜਾ ਖੈਰੇ ਨੂੰ ਫਸਾਇਆ ਜਾ ਰਿਹਾ ਇਹ ਨਿਰਦੋਸ਼ ਹੈ। ਇਹ ਕੇਸ ਉਸ ਵਕਤ ਦੀ ਕਾਂਗਰਸ ਸਰਕਾਰ, ਅਮਰਿੰਦਰ ਸਿੰਘ ਦੀ ਸਰਕਾਰ ਜਾਣ ਬੁੱਝ ਕੇ ਬਣਾ ਰਹੀ ਹੈ, ਉਹਦੀ ਵੀਡੀਓ ਤੁਸੀਂ ਸਾਰਿਆਂ ਨੇ ਸੁਣੀ। ਮਤਲਬ ਭਗਵੰਤ ਇਜ਼ ਇਨ ਦੀ ਫੁੱਲ ਨੌਲੇਜ ਵਟ ਹੈਪਨਡ ਅਗੇਂਸਟ ਮੀ ਵਾਜ਼ ਏ ਕੰਪਲੀਟ ਕੌਂਸਪਿਰੇਸੀ ਐਂਡ ਅਟਰਲੀ ਫਾਲਸ ਕੇਸ। ਇਹਦੇ ਬਾਵਜੂਦ ਆ ਹੁਣ ਜਦੋਂ 4 ਮਹੀਨੇ ਪਹਿਲਾਂ ਇਸੇ ਘਰ ਚੋਂ ਮੈਨੂੰ ਦੁਬਾਰਾ ਐ ਉਠਾ ਕੇ ਲੈ ਕੇ ਗਏ ਪੁਲਿਸ ਵਾਲੇ, ਸਾਡੇ ਕਮਰਿਆਂ ਚ ਵੜ ਗਏ ਯਾਰ ਅੰਦਰ, ਮੇਰੀ ਵਾਈਫ ਸੁੱਤੀ ਹੋਈ ਮੇਰੇ ਨਾਲ, ਮੇਰੀ ਬੇਟੀ ਆ ਇੱਥੇ, ਸ਼ੀ ਵਾਜ਼ ਪ੍ਰੈਗਨੈਂਟ ਬਾਏ ਦੈਟ ਟਾਈਮ, ਅੰਦਰ ਵੜ ਗਏ ਇੱਦਾਂ ਜਿੱਦਾਂ ਮੈਂ ਕੁਛ ਛੋਟੇ ਪੱਧਰ ਦਾ ਕ੍ਰਿਮੀਨਲ ਹੁੰਦਾ। ਪੱਗ ਵੀ ਨਹੀਂ ਮੰਨਣ ਦਿੱਤੀ, ਪੱਗ ਜਿਹੜਾ ਸਾਫਾ ਮੈਂ ਬੰਨ ਸਕਦਾ ਸੀਗਾ ਤੁਰਿਆ ਜਾਂਦਾ, ਮੈਨੂੰ ਚੱਕ ਕੇ ਅਰੈਸਟ ਕਰਕੇ ਲੈ ਗਏ। ਆਈ ਨੋਟ ਅਫਰੇਡ ਆਫ ਅਰੈਸਟ ਵੀ ਟੈਲ ਯੂ, ਜੇਲ੍ਹਾਂ ਬੰਦਿਆਂ ਲਈ ਬਣੀਆਂ, ਮੈਂ ਪਹਿਲਾਂ ਵੀ ਕਿਹਾ ਮੁਕੱਦਮੇ ਬੰਦਿਆਂ ਦੇ ਬਣਦੇ ਨੇ, ਜਾਨਵਰਾਂ ਤੇ ਨਹੀਂ ਬਣਦੇ। ਪਰ ਯਾਰੋ ਕੋਈ ਛੋਟਾ ਮੋਟਾ ਇਨਸਾਫ ਦੀ ਗੱਲ, ਏਡੇ ਵੱਡੇ ਅਹੁਦੇ ਤੇ ਤੁਹਾਨੂੰ ਬਿਠਾਇਆ, ਤੁਸੀਂ ਲੋਕਾਂ ਨੂੰ ਕਿਹਾ ਸੀ ਬਦਲਾਵ ਲੈ ਕੇ ਆਵਾਂਗੇ, ਏਦਾਂ ਦਾ ਬਦਲਾਵ ਤਾਂ ਏਦਾਂ ਦੀ ਬਦਲਾਖੋਰੀ ਤਾਂ ਕੈਪਟਨ ਤੇ ਬਾਦਲ ਨੇ ਨਹੀਂ ਕਦੀ ਕੀਤੀ। ਇਸ ਡੇਂਜਰਸ ਲਾਈਫ ਥਰੈਟਨਿੰਗ ਕੇਸ ਵਿਚ ਵੇਰ ਆਈ ਕੈਨ ਬੀ ਫਿਜ਼ੀਕਲੀ ਐਲੀਮੀਨੇਟਿਡ, ਉਹਨਾਂ ਨੇ ਕਦੀ ਕਦੀ ਕੀਤੀ? ਇਸ ਬੰਦੇ ਨੂੰ ਇੰਨਾ ਨਹੀਂ ਲਿਆ ਜਾਇਆ ਕਿ ਮੈਂ ਇਹਦੇ ਨਾਲ ਰੋਟੀ ਪਾਣੀ ਸਾਂਝੀ ਕੀਤੀ, ਇਹਦੇ ਨਾਲ ਖਾਧਾ, ਲੂਣ ਕਹਿੰਦੇ ਹੁੰਦੇ ਨੇ ਕਿਸੇ ਦਾ ਖਾਧਾ ਹੋਵੇ, ਇਹ ਇੰਨਾ ਵੀ ਧਿਆਨ ਨਹੀਂ ਕੀਤਾ। ਤੇ ਮੈਨੂੰ ਪੁਲਿਸ ਨੂੰ ਕਹਿ ਕੇ, ਔਰ ਪੁਲਿਸ ਦਾ ਸੁਣ ਲਓ ਜਿਹੜਾ ਮੇਰੇ ਖਿਲਾਫ ਆ ਮੁਕੱਦਮਾ ਕੀਤਾ ਗਿਆ, ਆਈ ਐਮ ਟੋਲਡ ਐਂਡ ਆਈ ਐਮ ਕੁਆਇਟ ਸ਼ੋਰ, ਪਹਿਲਾਂ DIG ਫਿਰੋਜ਼ਪੁਰ ਨੂੰ ਬੁਲਾਇਆ ਗਿਆ ਕਿ ਆਹ ਖਹਿਰੇ ਦੇ ਖਿਲਾਫ਼ ਮੁਕੱਦਮਾ ਕਰਨਾ। ਉਨ੍ਹਾਂ ਨੇ ਪੜ੍ਹ ਕੇ SSP ਮਾਨਸਾ, ਉਸ ਵਕਤ ਲੇਡੀ ਸੀ ਅਵਨੀਤ ਕੌਰ, DIG ਰਣਜੀਤ ਸਿੰਘ ਢਿੱਲੋਂ, ਉਨ੍ਹਾਂ ਨੇ ਜਵਾਬ ਦੇ ਦਿੱਤਾ ਭਗਵੰਤ ਮਾਨ ਨੂੰ, AG ਦੀ ਇੰਟਾਇਰ ਟੋਪ ਬਰਾਸ, ਇੱਕ ਸਟੇਟ, ਸਾਰੀ ਸਟੇਟ ਦਾ ਅਮਲਾ,
ਇੱਕ ਬੰਦੇ ਦੇ ਖਿਲਾਫ ਲੱਗਿਆ ਹੋਇਆ। ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਗਲਤ ਕੰਮ ਨਹੀਂ ਕਰ ਸਕਦੇ। ਇੰਨਾ ਪੁਰਾਣਾ ਕੇਸ ਆ, ਸੁਪਰੀਮ ਕੋਰਟ ਦੇ ਸਮਨਸ ਨੇ। ਇਹਨਾਂ ਨੇ ਫਿਰ ਇੱਕ ਪਲਾਇਬਲ ਅਫਸਰ ਲੱਭਿਆ, ਔਰ ਉਸ ਅਫਸਰ ਯਾਦ ਕਰੋ, ਮੈਂ ਤੁਹਾਨੂੰ ਕਹਿ ਕੇ ਗਿਆ ਸੀਗਾ ਕਿ ਇਹ ਅਫਸਰ ਅਵੇਲੇਬਲ ਨੇ, ਦੇ ਆਰ ਐਕਟਿੰਗ ਲਾਈਕ ਪੇਡ ਮਰਸਨਰੀਜ਼ ਆਫ ਦਾ ਸਟੇਟ ਗਵਰਨਮੈਂਟ ਨਾਓ। ਸਿਰਫ ਪੋਸਟਿੰਗ ਲੈਣ ਵਾਸਤੇ, ਔਰ ਪੋਸਟਿੰਗ ਮਿਲ ਗਈ ਉਹਨੂੰ, ਬਾਅਦ ਵਿੱਚ ਮੈਨੂੰ ਅਰੈਸਟ ਕਰਨ ਤੋਂ ਬਾਅਦ ਪੋਸਟਿੰਗ ਮਿਲ ਗਈ। ਮੈਂ ਨਾਮ ਨਹੀਂ ਲੈਂਦਾ ਕਿਉਂਕਿ ਹਾਈਕੋਰਟ ਦੇ ਡਾਇਰੈਕਸ਼ਨ ਨੇ ਮੇਰੀ ਬੇਲ ਕੈਂਸਲ। ਜਿਹਦੀ ਵਾਈਲ ਵੀ ਆਰ ਟਾਕਿੰਗ, ਸਰਕਾਰ SYL ਨੂੰ ਘੱਟ ਤਰਜੀਹ ਦਿੰਦੀ ਆ, ਪੰਜਾਬ ਦੇ ਮੁੱਦਿਆਂ ਨੂੰ ਘੱਟ ਤਰਜੀਹ ਦਿੰਦੀ ਆ। ਖਹਿਰੇ ਦੀ ਬੇਲ ਕੈਂਸਲ ਕਰਾਉਣ ਲਈ ਸੁਪਰੀਮ ਕੋਰਟ ਵਿਚ ਇਸ ਵੇਲੇ ਬਹਿਸ ਸੁਣੀ ਜਾ ਰਹੀ ਹੈ। ਜਿਹੜੀ ਬੇਲ ਮੈਨੂੰ ਹੁਣੇ ਚੰਦ ਦਿਨ ਪਹਿਲਾਂ ਮਿਲੀ ਆ, ਕਿੰਨੀ ਛੇਤੀ ਨਾਲ ਤੇ ਰਸ਼ ਤੋਂ ਸੁਪਰੀਮ ਕੋਰਟ ਕੇ ਕਿਤੇ ਖਹਿਰਾ ਇਸ ਕੇਸ ਵਿਚੋਂ ਬਰੀ ਨਾ ਹੋ ਜਾਵੇ। ਸੋ ਟ੍ਰਾਈਬਲ ਅਫਸਰ ਨੇ ਇੱਕ ਝੂਠਾ ਮਨ ਕੜਕ, ਔਰ ਜਦੋਂ ਮੈਨੂੰ ਬੈਠ ਕੇ SIT ਨੇ ਜਿਹੜੀਆਂ ਮੇਰੇ ਨਾਲ ਆਏ, ਕੋਈ ਕੁਐਸਚਨਿੰਗ ਨਹੀਂ ਕੀਤੀ, ਨਥਿੰਗ। ਸਿਰਫ ਪੁੱਛਿਆ ਤੁਹਾਡੇ ਪਿਤਾ ਜੀ ਦਾ ਨਾਮ ਕੀ ਆ, ਤੁਸੀਂ ਕਿੰਨੇ ਭੈਣ ਭਰਾਵਾਂ, ਤੁਹਾਡੀ ਜ਼ਮੀਨ ਕਿੰਨੀ ਆ, ਤੁਹਾਡੇ ਖਾਤੇ ਕਿੰਨੇ, ਉਹ ਤਾਂ ਸਾਰਾ ਕੁਝ ਉਹਨਾਂ ਕੋਲ ਐਕਸੈਸ ਹੈ, ਸਾਰਾ ਕੁਝ ਮੇਰੇ ਇਲੈਕਸ਼ਨ ਐਫੀਡੇਵਿਟ ਵਿਚ ਸੀਗਾ। ਮੈਨੂੰ ਆਣ ਕੇ ਕਹਿੰਦੇ ਸੀਗੇ ਕਿ ਤੁਹਾਨੂੰ ਭਗਵੰਤ ਦੇ ਖਿਲਾਫ਼ ਨਹੀਂ ਸੀ ਬੋਲਣਾ ਚਾਹੀਦਾ, ਉਹਦੀਆਂ ਔਰਤਾਂ ਦੇ ਖਿਲਾਫ਼। ਮੈਂ ਕਿਹਾ ਮੇਰੀ ਭੈਣ ਨੂੰ, 72 ਸਾਲ ਦੀ ਮੇਰੀ ਸਿਸਟਰ ਆ, ਉਹਨੂੰ 420 ਦੇ ਮੁਕੱਦਮੇ ਚ ਦਰਜ ਇਨਵੋਲਵ ਕੀਤਾ। ਉਹਨਾਂ ਨੂੰ ਕਿਹਾ ਮੈਂ ਪੁਲਿਸ ਵਾਲਿਆਂ ਨੂੰ, ਮੈਂ ਕਿਹਾ ਉਹ ਕਰ ਸਕਣ ਤਾਂ ਠੀਕ ਆ, ਅਗਰ ਮੈਂ ਪੁੱਛ ਲਾਂ ਕਿ ਤੁਹਾਡੀਆਂ ਔਰਤਾਂ ਕੋਈ ਇੰਨਾ ਗਹਿਣਾ ਕਿੱਥੋਂ ਆ ਗਿਆ। ਤੁਸੀਂ ਰੋਜ਼ ਪੁੱਛਦੇ ਹੋ ਕਾਂਗਰਸ ਨੂੰ ਕਿ ਤੁਹਾਡੇ ਜਿਹੜੇ ਕੇਸ ਨੇ, ਆਮਦਨ ਤੁਹਾਡੀ ਘੱਟ ਆ, ਤੁਹਾਡੇ ਸਰੋਤ ਜਿਹੜੇ DA ਦਾ ਕੇਸ, ਡਿਸਪ੍ਰਪੋਰਸ਼ਨੇਟ ਐਸਿਟਸ ਦਾ ਕੇਸ ਬਣਾਇਆ ਜਾ ਰਿਹਾ। ਰੋਜ਼ ਕਾਂਗਰਸ ਨੂੰ ਪੁੱਛਦੇ ਕਿ ਤੁਸੀਂ ਪੈਸੇ ਕਿੱਥੋਂ ਲੈ ਕੇ ਆਏ, ਤੇ ਮੈਂ ਸਿਰਫ ਇੰਨਾ ਹੀ ਪੁੱਛਿਆ ਭਗਵੰਤ ਨੂੰ ਕਿ ਤੁਹਾਡੇ ਕੋਲ ਸੋਨਾ ਕਿੱਥੋਂ ਇੰਨਾ ਆ ਗਿਆ, ਕਿਉਂਕਿ ਐਫੀਡੇਵਿਟ ਵਿੱਚ ਤਾਂ 9 ਤੋਲੇ ਸੋਨਾ ਸੀਗਾ। ਇਹ ਪੁਲਿਸ ਵਾਲੇ ਮੈਨੂੰ ਕਿਹਾ ਉੱਥੇ ਫੁੱਲ ਕੁਐਸਚਨਿੰਗ SIT ਦਾ ਮਤਲਬ ਸੀਗਾ ਮੈਨੂੰ ਡਰਾਉਣਾ, ਧਮਕਾਉਣਾ ਕਿ ਮੁੱਖ ਮੰਤਰੀ ਜਾਂ ਸਰਕਾਰ ਦੇ ਖਿਲਾਫ਼ ਬੋਲਣ ਦਾ ਹਸ਼ਰ ਤੈਨੂੰ ਭੁਗਤਣਾ ਪਵੇਗਾ, ਤੇ ਮੈਂ ਭੁਗਤਿਆ ਵਾ। ਨਾਭਾ ਜੇਲ੍ਹ ਚਲੇ ਗਏ ਜੀ। ਤੁਸੀਂ ਕਦੀ ਸੁਣਿਆ ਕਿਸੇ ਬੈਡਰੂਮ ਦੇ ਅੰਦਰ CCTV ਲੱਗਦਾ ਹੋਏਗਾ? ਮੇਰੀ ਬੈਰਕ ਦੇ ਅੰਦਰ ਇੱਕ ਤਾਂ ਕੈਮਰਾ ਮੇਰਾ ਕੰਪਾਊਂਡ ਸੀ ਬਾਹਰ ਬੈਰਕ ਦਾ, ਉੱਥੇ ਲਾਇਆ CCTV ਤਾਂ ਕਿ ਦੇਖ ਸਕਣ ਕਿ ਮੈਂ ਕੀ ਕਰ ਰਿਹਾ ਦਿਨ ਨੂੰ। ਇੱਥੋਂ ਤੱਕ ਦੇ ਗੋਟ ਕੀ ਕਹਿੰਦੇ ਹੁੰਦੇ ਸਡਿਸਟਿਕ ਪਲੇਜ਼ਰ ਡਰਾਅ ਕਰ ਰਹੇ ਸੀ ਇੱਥੇ ਬੈਠੇ ਚੰਡੀਗੜ੍ਹ ਵਿੱਚ ਰਾਜ ਕਰਨ ਵਾਲੇ। ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ ਵੈਸੇ। ਦੇ ਵਾਂਟਡ ਟੂ ਸੀ ਮੀ ਕਿ ਮੈਂ ਅੰਦਰ ਕੀ ਕਰ ਰਿਹਾ ਸੀ, ਰੋਟੀ ਕਿੱਦਾਂ ਖਾਂਦਾ ਵਾਂ, ਉੱਠਦਾ ਬੈਠਦਾ ਕਿੱਦਾਂ ਵਾਂ। ਅਗਰ ਇਹਨਾਂ ਦਾ ਬੱਸ ਚੱਲਦਾ ਸ਼ਾਇਦ ਬਾਥਰੂਮ ਦੇ ਵਿੱਚ ਵੀ ਕੈਮਰਾ ਲਾਉਂਦੇ। ਔਰ ਸੋਲਿਟਰੀ ਕਨਫਾਈਨਮੈਂਟ ਵਿੱਚ ਰਿਹਾ 4 ਮਹੀਨੇ ਮੈਂ ਕਿਸੇ ਨੂੰ ਮਿਲ ਨਹੀਂ ਸੀ ਸਕਦਾ ਜੇਲ੍ਹ ਦੇ ਵਿੱਚ, ਕੋਈ ਮੇਰੇ ਕੋਲ ਆ ਨਹੀਂ ਸੀ ਸਕਦਾ। ਹਰ ਇੱਕ ਮੇਰਾ ਗੇਟ ਬਾਹਰਲਾ, ਸਾਰੀ ਬੈਰਕ ਜਿਹੜੀ ਖਾਲੀ ਕਰਾ ਕੇ ਮੈਂ ਸਿਰਫ ਇਕੱਲਾ ਸੀਗਾ ਅੰਦਰ। ਮੈਨੂੰ TV ਨਹੀਂ ਸੀ ਦਿੰਦੇ, ਮੈਨੂੰ ਅਖਬਾਰਾਂ ਨਹੀਂ ਸੀ ਦਿੰਦੇ, ਕਈ ਦਿਨ ਮੈਨੂੰ ਉਦਾਂ ਹੀ ਰੱਖਿਆ। ਪਰ ਚਲੋ, ਇਸ ਗੱਲ ਦਾ ਵੀ ਮੈਨੂੰ ਕੋਈ ਰੰਜ ਨਹੀਂ ਗਾਇਆ, ਕੋਈ ਗੱਲ ਨਹੀਂ ਜੀ। ਕਹਿੰਦੇ ਆ ਸਰਕਾਰਾਂ ਇੱਦਾਂ ਕਰਦੀਆਂ ਹੁੰਦੀਆਂ, ਪਰ ਇਹ ਆਮ ਆਦਮੀ ਜਿਹੜੇ ਕਹਿੰਦੇ ਸੀ ਬਦਲਾਓ ਲੈ ਕੇ ਆਉਣਾ, ਇਹਨਾਂ ਤੋਂ ਤਾਂ ਉਮੀਦ ਨਹੀਂ ਸੀ। ਚਲੋ ਬਾਕੀ ਕਰ ਲੈਂਦੇ ਤਾਂ ਕੋਈ ਗੱਲ ਨਹੀਂ ਸੀ, ਪਰ ਇਹਨਾਂ ਨੇ ਉਹਨਾਂ ਦਾ ਰਿਕਾਰਡ ਤੋੜ ਕੇ। ਇਹ ਇੱਕੋ ਹੀ ਮਾਮਲੇ ਵਿੱਚ ਚੌਥੀ ਵਾਰੀ ਮੈਂ ਇੰਪਲੀਕੇਟ ਹੋਇਆ ਵਾਂ, ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਫਿਰ ਮੈਨੂੰ ਬੇਲ ਮਿਲ ਗਈ ਹਾਈਕੋਰਟ ਤੋਂ। ਫਿਰ ਬੇਲ ਤੋਂ ਪਹਿਲਾਂ ਹੀ ਇੱਕ ਐਡਾ ਫਾਲਸ ਕੇਸ ਕੜਿਆ, ਜਿਹੜੀ FIR ਹੁਣ ਦਰਜ ਕੀਤੀ ਸੁਭਾਨਪੁਰ ਦੇ ਵਿੱਚ, ਕਿ ਜੀ ਇਹਨਾਂ ਨੇ ਵਿਟਨੈਸ ਜਿਹੜਾ ਬਣਿਆ ਮੇਰੇ ਖਿਲਾਫ, ਉਹਨੂੰ ਇਹਨਾਂ ਨੇ ਡਰਾਇਆ ਤੇ ਧਮਕਾਇਆ। ਉਹ ਕਹਿੰਦੇ ਚੋਰ ਜਿਹੜਾ ਨਾ ਕੋਈ ਜ਼ਰੂਰ ਛੱਡ ਜਾਂਦਾ ਵਾ, ਕਮਜ਼ੋਰੀ ਛੱਡ ਜਾਂਦਾ, ਕੋਈ ਨੁਕਤਾ ਛੱਡ ਜਾਂਦਾ ਚੋਰੀ ਕਰਨ ਤੋਂ ਬਾਅਦ। ਜਿਹੜੀ FIR ਮੇਰੇ ਖਿਲਾਫ਼ ਦਰਜ ਕੀਤੀ, ਧਿਆਨ ਕਰਿਓ ਜ਼ਰਾ ਚੰਗੀ ਤਰ੍ਹਾਂ, ਮੇਰੇ ਖਿਲਾਫ਼ ਸੀਗੀ 195 ਧਾਰਾ ਲਾਈ, 195 A ਸ਼ਾਇਦ। ਇਟ ਇਜ਼ ਕਿ ਥ੍ਰੈਟਨਿੰਗ ਵਿਟਨੈਸਿਸ ਟੂ ਗਿਵ ਫਾਲਸ ਐਵੀਡੈਂਸ। ਤੇ ਜਦੋਂ ਮੇਰੇ ਖਿਲਾਫ਼ FIR ਦਰਜ ਕਰ ਰਹੇ ਹੈਗੇ ਆ, ਉਹ ਕੰਪਲੇਂਟ ਲਈ ਜਿਹੜੀ ਉਸ ਬੰਦੇ ਦੀ ਵਿਟਨੈਸ ਸੀ ਘਰ ਵਾਲੀ ਤੋਂ, 15
ਨਵੰਬਰ 15-10 ਤੇ 22-10 ਨੂੰ ਉਹ ਗਵਾਹ ਹੀ ਨਹੀਂ ਸੀਗਾ। ਉਹ ਜਿਹੜਾ ਗਵਾਹ ਬਣਦਾ ਵਾ ਉਹ ਅਕਿਊਜ਼ ਸੀਗਾ, ਇਹ ਬੰਦਾ ਜਿਹੜਾ ਮੇਰੇ ਖਿਲਾਫ ਵਿਦਮ ਆਪ ਗਵਾਹ ਬਣਾਇਆ ਨਾ, ਮੈਂ ਉਹਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ। ਨੋ ਦੈਟ 10 ਸਾਲ ਕੈਦ ਕੱਟ ਕੇ ਆਇਆ ਸੀਗਾ। ਹੁਣੇ 6 ਕਿਲੋ ਹੀਰੋਇਨ ਦੀ ਉਹਦੀ ਰਿਕਵਰੀ ਹੁਣੇ ਹੋਈ ਆ। 3 ਮਹੀਨੇ ਪਹਿਲਾਂ ਕਪੂਰਥਲਾ ਦਾ CIA ਸਟਾਫ ਨੇ 3 ਮਹੀਨੇ ਪਹਿਲਾਂ ਉਹਦੇ ਕੋਲ 6 ਕਿਲੋ ਹੀਰੋਇਨ ਬਰਾਮਦ ਕੀਤੀ ਆ। 22-23 ਮੁਕੱਦਮੇ, 8-10 NDPS ਦੇ, 16-17 ਐਕਸਾਈਜ਼ ਦੇ ਸ਼ਰਾਬ ਦੇ ਮੁਕੱਦਮੇ। ਜੇਲ੍ਹ ਵਿਚ ਬੈਠਾ ਸੀ ਬੰਦਾ 2018-19 ਦਾ, ਜੇਲ੍ਹ ਵਿਚ ਬੈਠਾ ਵਾ ਉਹ, ਤੇ ਉਹਨੂੰ ਮੇਰੇ ਖਿਲਾਫ਼ ਕਹਿੰਦੇ ਜੀ ਗਵਾਹ। ਜਿਹੜੀ ਤਰੀਕ ਨੂੰ ਮੇਰੇ ਖਿਲਾਫ਼ ਲੈ ਰਹੇ ਨੇ FIR ਵਿਚ ਡਿਟੇਲ ਲਿਖ ਰਹੇ ਨੇ ਕਿ ਉਹਦੇ ਘਰ ਵਿਚ ਡਰਾਇਆ, ਗੋਲੀਆਂ ਚਲਾਈਆਂ, ਡਰਾਇਆ, ਉਹ ਗਵਾਹ ਹੀ ਨਹੀਂ ਸੀਗਾ। ਹੀ ਬਿਕੇਮ ਏ ਆਫੀਸ਼ੀਅਲ ਵਿਟਨੈਸ ਔਨ 30th October, 15 ਦਿਨ ਬਾਅਦ, ਮਤਲਬ 15 ਦਿਨ ਪਹਿਲਾਂ ਪੁਲਿਸ ਨੇ ਪਲਾਨ ਕਰ ਲਿਆ ਸੀਗਾ। ਭੁੱਲ ਗਏ, ਕਰਦੇ ਕਰਦੇ ਬਦਲਾਖੋਰੀ ਦੇ ਵਿਚ ਇੰਨੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰਦੇ, ਭੁੱਲ ਗਏ ਕਿ ਉਹ ਤਾਂ ਵਿਟਨੈਸ ਹੀ ਨੀਗਾ, ਪਹਿਲਾਂ ਹੀ ਸਾਰੀ ਕਹਾਣੀ ਕੌਂਟੋਰ ਕਰਕੇ ਰੱਖੀ ਸੀਗੀ। ਇਹ ਉਹਨਾਂ ਦਾ ਪ੍ਰੀ ਮੈਡੀਟੇਟਿਡ ਔਰ ਪ੍ਰੀ ਪਲਾਨ ਸਟੋਰੀ ਸੀ ਕਿ ਜਿੱਦਣ ਹਾਈਕੋਰਟ ਤੋਂ ਬੇਲ ਮਿਲੂਗੀ ਉਦਣ ਅਸੀਂ ਇਹ ਕੇਸ ਦੁਬਾਰਾ ਨਵਾਂ ਰਜਿਸਟਰ ਕਰਾਂਗੇ। 3 ਵਜੇ ਸਵੇਰੇ ਸੁਭਾਨਪੁਰ ਥਾਣੇ ਵਿਚ, 4 ਜਨਵਰੀ ਜਿੱਦਣ ਮੈਨੂੰ ਬੇਲ ਦਿੰਦਾ ਹਾਈਕੋਰਟ, ਉਦੋਂ ਤੋਂ ਕਰਕੇ ਤੇ ਮੈਨੂੰ ਅਰੈਸਟ ਕਰਕੇ ਕਪੂਰਥਲੇ ਲੈ ਗਏ। ਔਰ ਜਿਹੜਾ ਮੈਂ ਕਹਿ ਰਿਹਾ ਸੀਗਾ, ਦੇਖੋ ਕਿੱਡੀ ਵੱਡੀ ਗੱਲ ਗਲਤ ਕੀਤੀ ਆ, ਇਹ ਸਾਬਤ ਹੋ ਜਾਣੀ, ਇਹ ਰਹਿਣਾ ਨਹੀਂ ਗਾ ਕੁਛ ਵੀ। ਜਿਹੜਾ ਮੇਰੇ ਖਿਲਾਫ਼ ਕੇਸ ਬਣਾਇਆ ਇਹਨਾਂ ਨੇ, ਨਹੀਂ ਉਹ ਟਿਕਣਾ, ਮੈਂ ਲੜੂੰਗਾ, ਇਸ ਕਰਕੇ ਲੜੂ, ਮੈਂ ਕੋਈ ਕਿਸੇ ਦਾ ਬਦਲਾ ਖੋਰੀ ਕਰਨ ਵਾਸਤੇ ਨਹੀਂ ਲੜੂੰਗਾ। ਮੈਂ ਲੜੂੰਗਾ ਤਾਂ ਕਿ ਹੋਰ ਕੋਈ ਬੇਗੁਨਾਹ ਇਹ ਕੰਮ ਨਾ ਚੱਲੇ। ਤੁਹਾਨੂੰ ਪਤਾ ਵਾ ਕਿ ਜਿਹੜਾ ਵਿਟਨੈਸ ਮੇਰੇ ਖਿਲਾਫ਼ ਖੜਾ ਕੀਤਾ ਗਿਆ, ਜਿਹਦਾ ਮੈਂ ਤੁਹਾਨੂੰ ਦੱਸਦਾ, ਹਾਰਡਨਡ ਕ੍ਰਿਮੀਨਲ, ਹਾਰਡਨਡ, ਮਾਫ਼ ਕਰਨਾ, ਉਹਦੇ ਚਿਹਰਾ ਵੀ ਦੱਸ ਰਿਹਾ ਸੀਗਾ, ਹਾਰਡਨਡ ਕ੍ਰਿਮੀਨਲ, ਦੇ ਟ੍ਰਾਈ ਟੂ ਸ਼ੋ ਹਿਮ ਟੂ ਮੀ, ਹਾਰਡਨਡ ਕ੍ਰਿਮੀਨਲ ਤੋਂ ਸਟੇਟਮੈਂਟ ਲੈ ਕੇ ਮੇਰੇ ਖਿਲਾਫ਼ ਕਹਿੰਦੇ ਜੀ ਇਹਨੇ 2015 ਚ ਖੇਰੇ ਨੇ ਮੈਨੂੰ ਸੋਨੇ ਦਾ ਬਿਸਕੁਟ ਦਿੱਤਾ ਸੀ। ਦੈਟ ਇਜ਼ ਦੀ ਓਨਲੀ ਰਿਕਵਰੀ ਇਨ ਦੀ NDPS ਕੇਸ ਅਗੇਂਸਟ ਮੀ। 15 ਚ ਸੋਨੇ ਦਾ ਬਿਸਕਿਟ ਖਹਿਰੇ ਨੇ ਉਹਨੂੰ ਦਿੱਤਾ ਸੀ। ਜੱਜ ਸਾਹਿਬ ਨੇ ਹਾਈਕੋਰਟ ਨੇ ਬਹਿਸ ਵਿਚ ਪੁੱਛਿਆ, ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਖਹਿਰਾ ਜਿਹੜਾ ਵਾ ਉਹ ਤੁਹਾਡੇ ਡਰੱਗ ਕਾਰਟਲ ਤੋਂ, ਤੁਹਾਡੇ ਗੈਂਗ ਤੋਂ ਪੈਸੇ ਕਮਾਉਂਦਾ, ਡਰੱਗ ਮਨੀ ਕਮਾਉਂਦਾ ਵਾ, ਕਿ ਉਹ ਕਮਾਉਂਦਾ ਤੇ ਉਹਨੇ ਫਿਰ ਇਸ ਬੰਦੇ ਨੂੰ ਆਪਣੇ ਘਰ ਬੁਲਾ ਕੇ ਸੋਨੇ ਦਾ ਬਿਸਕਿਟ ਕਿਉਂ ਦਿੱਤਾ? ਉਲਟਾ ਦਿਨ ਤਾਂ ਲੈਣਾ ਚਾਹੀਦਾ ਸੀ ਬਿਸਕੁਟ। ਇਹ ਆਬਜ਼ਰਵੇਸ਼ਨ ਕੋਰਟ ਵਿਚ ਆਨਰੇਬਲ ਜੱਜ ਸਾਹਿਬ ਨੇ ਕੀਤੀ ਆ। ਆਹ ਰਿਕਵਰੀ ਮੇਰੇ ਖਿਲਾਫ਼, ਤੁਹਾਡਾ ਖਿਆਲ ਹੈ ਰਿਕਵਰੀ ਟਿਕ ਜਾਊਗੀ? ਉਸ ਨੂੰ ਮੁੜ ਕੇ ਬਾਅਦ ਵਿਚ ਵਹਿਦੇ ਮਾਪ ਗਵਾਹ ਬਣਾ ਲਿਆ ਉਸ ਬੰਦੇ ਨੂੰ ਆਪਣਾ, ਮਤਲਬ 22 ਮੁਕੱਦਮਿਆਂ ਵਾਲੇ ਬੰਦੇ ਨੂੰ ਜਿਹਦੇ ਤੇ 6 ਕਿਲੋ ਹੀਰੋਇਨ ਮਿਲਦੀ ਆ ਮੇਰੇ ਖਿਲਾਫ਼ ਵਰਤ ਕੇ, ਉਸੇ ਦਿਨ ਜਲਦੀ ਦੇ ਨਾਲ ਉਹਨੂੰ ਉਥੋਂ ਇਮਿਊਨਿਟੀ ਦਵਾਤੀ, ਮਤਲਬ ਕਿ ਉਹਨੂੰ ਇਸ ਮੁਕੱਦਮੇ ਚੋਂ ਫਰੀ ਕਰਾਤਾ। ਅੱਛਾ ਸੁਣੋ, ਹੁਣ ਜਦੋਂ ਮੇਰੇ ਇਹ 2015 ਚ ਇਸ ਬੰਦੇ ਦਾ ਕੱਢਿਆ, ਉਹਨਾਂ ਨੇ ਜਿਮਨੀ ਪਾਈ ਸੀ, ਕੋਈ ਪੁਲਿਸ ਨੇ 2015 ਦੇ ਕੇਸ ਵਿਚ ਜਿਮਨੀ ਪਾਈ ਸੀ ਕਿ ਅਸੀਂ 1/2 ਕਿਲੋ ਹੀਰੋਇਨ, ਬੰਦਾ ਕਹਿ ਰਿਹਾ ਕਿ 1/2 ਕਿਲੋ ਹੀਰੋਇਨ ਮੈਂ ਗੁਰਦੇਵ ਸਿੰਘ ਤੋਂ ਲਈ ਸੀ, ਤੇ 15 ਤੋਂ ਲੈ ਕੇ ਤੇ 23-24 ਪੁਲਿਸ ਨੇ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਇਸ ਕੇਸ ਵਿਚ? ਜੇਲ੍ਹ ਵਿਚ ਸੀਗਾ, ਭਗਾਉਣਾ ਵੀ ਨਹੀਂ ਸੀਗਾ, ਜੇਲ੍ਹ ਵਿਚ ਸੀਗਾ, ਉਸ ਬੰਦੇ ਨੂੰ ਅਰੈਸਟ ਨਹੀਂ ਕੀਤਾ। ਪਹਿਲਾਂ ਮੈਨੂੰ ਅਰੈਸਟ ਕੀਤਾ, ਫਿਰ ਮੇਰੇ ਨਾਲ ਗੁਨਾਹਗਾਰ ਬਣਾਇਆ, ਫਿਰ ਉਹਦੇ ਕੋਲ ਪੈਸੇ ਦੇ ਕੇ, ਲਾਲਚ ਦੇ ਕੇ, ਝੂਠ ਬੋਲ ਕੇ ਜਿਹਨੇ ਦਵਾਏ ਉਹ ਵੀ ਪਤਾ ਮੈਨੂੰ, ਉਹ ਸਹੀ ਟਾਈਮ ਤੇ ਦੱਸੂਗਾ ਮੈਂ। ਉਹਨੂੰ ਧਮਕਾ ਕੇ, ਲਾਲਚ ਦੇ ਕੇ ਉਹਦੇ ਖਿਲਾਫ਼ ਮੇਰੇ ਖਿਲਾਫ਼ ਬਿਆਨ ਲੈ ਲਿਆ ਕਿ ਮੈਂ ਸੋਨੇ ਦਾ ਬਿਸਕੁਟ ਜਿਹੜਾ ਖਹਿਰੇ ਨੇ ਮੈਨੂੰ ਦਿੱਤਾ ਸੀਗਾ। ਆਹ ਸਤਿਕਾਰਯੋਗ ਵੀਰੋ, ਭੈਣੋ ਤੇ ਭਰਾਓ ਤੇ ਪੰਜਾਬੀਓ, ਆਹ ਕਹਾਣੀ ਤੁੱਥ ਮੁੱਥ ਕਰਕੇ 2 ਪਰਚੇ ਕਰਕੇ ਦਰਜ ਮੈਨੂੰ 4 ਮਹੀਨੇ ਦੇ ਕਰੀਬ ਇਹਨਾਂ ਨੇ ਜੇਲ੍ਹ ਵਿਚ ਰੱਖਿਆ ਵਾ। ਚਾਹੁੰਦੇ ਤਾਂ ਇਹ ਸੀਗੇ ਕਿ ਇਹਨੂੰ ਮੈਂਟਲੀ ਟੋਰਚਰ ਕਰ ਦਿਓ, ਇਹਨੂੰ ਕਮਜ਼ੋਰ ਕਰ ਦਿਓ,
ਇਹ ਲੜ ਨਾ ਸਕੇ, ਕਿਉਂਕਿ ਮੈਂ ਗੱਲ ਕੀ ਕਰ ਰਿਹਾ ਉਸ ਸਰਕਾਰ ਦੇ ਖਿਲਾਫ਼। ਹੋ ਸਕਦਾ ਮੇਰੀ ਟੋਨ ਟੈਨਰ ਹਾਰਸ਼ ਹੋਵੇ, ਕਿਉਂਕਿ ਮੈਂ ਬੇਸਿਕਲੀ ਅਸੀਂ ਪਿੰਡਾਂ ਚੋਂ ਜੰਮੇ ਹੋਏ ਜੱਟ ਹਾਂ। ਜਿੰਨਾ ਮਰਜ਼ੀ ਚੰਗੇ ਥਾਂ ਪੜ੍ਹਾ ਲਓ, ਸਾਨੂੰ ਸਾਡੀ ਜਿਹੜੀ ਬੋਲੀ ਆ ਅਖੀਰ ਜਦੋਂ ਅਸੀਂ ਗੁੱਸੇ ਚ ਆਉਂਦੇ ਹਾਂ ਜਾਂ ਸਾਨੂੰ ਦੁੱਖ ਲੱਗਦਾ ਅਸੀਂ ਇੱਦਾਂ ਹੀ ਬੋਲਦੇ ਜਿੱਦਾਂ ਮੈਂ ਬੋਲਿਆ ਹੋਊਂਗਾ ਕਦੀ ਇਹਨਾਂ ਦੇ ਖਿਲਾਫ਼। ਮੈਂ ਮੁੱਦੇ ਕੀ ਚੱਕ ਰਿਹਾ ਸੀ, ਮੈਂ ਪੁੱਛ ਰਿਹਾ ਸੀ ਕਿ ਕਟਾਰੂ ਚੱਕ ਦੇ ਖਿਲਾਫ਼ ਕਿਉਂ ਨੀ ਐਕਸ਼ਨ ਲੈ ਰਹੇ ਤੁਸੀਂ? ਤੁਸੀਂ ਬੀਬੀ ਮਾਣੂਕੇ ਨੇ NRI ਦੀ ਕੋਠੀ ਤੇ ਕਬਜ਼ਾ ਕੀਤਾ, ਤੁਸੀਂ ਉਹਦੇ ਖਿਲਾਫ਼ ਕਿਉਂ ਨੀ ਐਕਸ਼ਨ ਲੈ ਰਹੇ? ਤੁਸੀਂ ਜੋ ਡਰੱਗਸ ਦਾ ਵਾਅਦਾ ਕੀਤਾ ਸੀ ਉਹ ਪੂਰਾ ਕਿਉਂ ਨਹੀਂ ਕਰ ਰਹੇ? ਬੇਅਦਬੀਆਂ ਦਾ ਮਸਲਾ ਤੁਸੀਂ ਪੂਰਾ ਕਿਉਂ ਨਹੀਂ ਕਰ ਰਹੇ? ਮੈਂ ਇੱਕ ਬਿੱਲ ਪੇਸ਼ ਕੀਤਾ ਕਿ ਪੰਜਾਬ ਦੇ ਵਿੱਚ ਕੋਈ ਵੀ ਗੈਰ ਪੰਜਾਬੀ ਜਿਹੜਾ ਜ਼ਮੀਨ ਨਾ ਖਰੀਦ ਸਕੇ। ਬਾਜਵਾ ਸਾਹਿਬ ਮੇਰੇ ਨਾਲ ਗਏ ਨੇ ਜਨਵਰੀ 2023 ਦੇ ਵਿੱਚ ਸਪੀਕਰ ਸਾਹਿਬ ਦੇ ਚੈਂਬਰ ਦੇ ਵਿੱਚ, ਹੁਣ ਤਾਂ ਉੱਤਰਾਖੰਡ ਵੀ ਬਣਾਉਣ ਲੱਗਿਆ ਲੋ, ਗੁਜਰਾਤ ਵਿੱਚ ਲੋ ਆ, ਰਾਜਸਥਾਨ ਵਿੱਚ ਲੋ ਆ, ਹਿਮਾਚਲ ਚ ਲੋ ਆ, ਕੋਈ ਵੀ ਗੈਰ ਬਸ਼ਿੰਦਾ ਉਹਨਾਂ ਦੇ ਸੂਬਿਆਂ ਵਿੱਚ ਜ਼ਮੀਨ ਖਰੀਦ ਕੇ ਵੋਟਰ ਨਹੀਂ ਬਣ ਸਕਦਾ। ਮੈਂ ਕਿਸੇ ਭਾਰਤ ਦੇ ਨਾਗਰਿਕ ਦੇ ਉਲਟ ਨਿਗਾ ਜੀ ਸੱਦ ਕੇ ਪੰਜਾਬ ਦੇ ਵਿੱਚ ਆਓ, ਪੈਸੇ ਕਮਾਓ ਜਿੱਦਾਂ ਬਾਕੀ ਸੂਬਿਆਂ ਜਾਂਦੇ ਤੁਸੀਂ। ਵੀ ਹੈਵ ਨੋ ਇਸ਼ੂਜ ਐਟ ਆਲ, ਬਟ ਪਲੀਜ਼ ਮੇਕ ਅ ਲੋ। ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਅਸੀਂ ਕਾਨੂੰਨ ਬਣਾਉਣਾ ਕਿ ਨਹੀਂ ਬਣਾਉਣਾ। ਏਦਾਂ ਦੇ ਮੈਂ ਮੁੱਦੇ ਹੀ ਚੱਕ ਰਿਹਾ ਸੀਗਾ। ਉਹ ਪਿੰਡਾਂ ਦੇ ਵਿੱਚ ਸਾਦੀ ਜੀ ਗੱਲ ਹੈ, ਜਦੋਂ ਬੰਦੇ ਕੋਲ ਦਲੀਲ ਮੁੱਕ ਜਾਂਦੀ ਹੈ ਫਿਰ ਤੁਹਾਡੇ ਗੱਲ ਪੈਂਦਾ ਉਹ। ਤੇ ਭਗਵੰਤ ਦੇ ਕੋਲ ਅੱਜ ਸਰਕਾਰੀ ਅਮਲਾ ਹੈਗਾ ਵਾ, ਇਹ ਸਾਰੀ ਉਮਰ ਤਾਂ ਰਹਿਣਾ ਨੀਗਾ ਅਮਲਾ ਸਾਰੀ, ਇਹ ਤਾਂ ਹੋਰ 2-2.5 ਸਾਲ ਦੀ ਖੇਡ ਹੈਗੀ ਹੈ। ਸਰਕਾਰੀ ਅਮਲੇ ਦਾ ਦੁਰ ਇਸਤੇਮਾਲ ਕਰਕੇ, ਸਾਜਿਸ਼ ਕਰਕੇ, ਬੰਦਿਆਂ ਨੂੰ ਗੰਢ ਕੇ, ਝੂਠੇ ਬਿਆਨ ਦਵਾ ਕੇ, ਝੂਠੀਆਂ ਰਿਕਵਰੀਆਂ ਦਵਾ ਕੇ, ਝੂਠੇ FIR ਕਰਾ ਕੇ, ਜੋ ਕੁਛ ਇਹਨਾਂ ਨੇ ਕੀਤਾ ਵਾ, ਲੈਟ ਮੀ ਟੈਲ ਯੂ, ਆਈ ਵਿਲ ਨੋਟ ਬੀ ਕਾਟ ਡਾਊਨ ਲਾਈਕ ਦਿਸ। ਮੈਨੂੰ ਪਿਆਰ ਨਾਲ ਤਾਂ ਖਰੀਦ ਲੈਂਦਾ ਇਹ, ਮੈਨੂੰ ਪਿਆਰ ਨਾਲ ਕਹਿੰਦਾ ਕਿ ਖਹਿਰਾ ਸਾਹਿਬ ਆਪਾਂ ਇਕੱਠੇ ਰਹੇ ਹਾਂ ਤੇ ਕਿਰਪਾ ਕਰਕੇ ਤੁਸੀਂ ਮੇਰੇ ਨਾਲ ਜਿਹੜਾ ਆਓ ਬੈਠੋ ਚਾਹ ਦਾ ਕੱਪ ਪੀਓ ਤੇ ਮੇਰੇ ਖਿਲਾਫ਼ ਜਾਂ ਤੁਸੀਂ ਸਾਡੀ ਸਰਕਾਰ ਦੇ ਖਿਲਾਫ਼ ਅਗਰ ਬੋਲਦੇ ਹੋ ਤਾਂ ਕਿਰਪਾ ਕਰਕੇ ਥੋੜਾ ਠੀਕ ਮੈਂ ਘਟਾ ਦੇਣਾ ਸੀਗਾ, ਕੁਛ ਨੀ ਹੁੰਦਾ ਪਿਆਰ ਨਾਲ ਤਾਂ ਪੰਜਾਬੀ ਯਾਰ ਮੁੱਲ ਲੈ ਸਕਦੇ ਤੁਸੀਂ ਉਸ ਨੂੰ। ਪਰ ਜੇ ਤੁਸੀਂ ਕਹੋ ਡਰਾ ਕੇ, ਮੁਗਲਾਂ ਨਾਲ ਜ਼ਿਆਦਾ ਅੱਤਿਆਚਾਰ ਤਾਂ ਸਿੱਖਾਂ ਦੇ ਨਹੀਂ ਨਾ ਕਰ ਸਕਦਾ ਕੋਈ। ਅਬਦਾਲੀ ਤੇ ਦੁਰਾਨੀ ਤੇ ਨਾਦਰ ਸ਼ਾਹ ਤੇ ਜ਼ਕਰੀਆ ਖਾਨ, ਮੀਰ ਮੰਨੂ, ਘੱਲੂ ਘਾਰੇ ਹੋਏ ਬਾਜਵਾ ਸਾਹਿਬ ਦੇ ਹਲਕੇ, ਕਾਹਨੂੰ ਆਣ ਛੋਇਆ ਘੱਲੂ ਘਾਰਾ, ਕੀ ਕਹਿੰਦੇ ਸੀਗੇ ਸਿੱਖ ਉਸ ਵੇਲੇ? ਮੁਗਲਾਂ ਦਾ ਗਵਰਨਰ ਸੀ ਪੰਜਾਬ ਦਾ, ਲਾਹੌਰ ਦਾ, ਮੀਰ ਮੰਨੂ, ਬੜਾ ਜ਼ਾਲਮ ਬੰਦਾ ਸੀਗਾ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਸਾਨੂੰ ਵੱਢਦਾ ਅਸੀਂ ਤੂਣ ਸਵਾਏ ਹੋਏ। ਇੱਦਾਂ ਮਾਰ ਸਕਦੇ ਆ ਤੁਸੀਂ ਕਿਸੇ ਨੂੰ? ਜੇਲ੍ਹ ਚ ਰੱਖ ਕੇ, ਬਾਹਾਂ ਮਰੋੜ ਕੇ, ਝੂਠੇ ਪਰਚੇ ਕਰਾ ਕੇ, ਯੂ ਵਾਂਟ ਦੈਟ ਵੀ ਸ਼ੁੱਡ ਬੈਗ ਯੂ, ਯੂ ਸ਼ੁੱਡ ਕਮ ਐਂਡ ਨੀਲ ਡਾਊਨ ਬਿਫੋਰ ਯੂ? ਨੈਵਰ। ਮਰ ਤਾਂ ਸਕਦੇ ਹਾਂ ਅਸੀਂ ਮਰ, ਪਰ ਇੱਦਾਂ ਮਾਫ਼ੀ ਨਹੀਂ ਮੰਗ ਸਕਦੇ। ਬਸ ਆਹੀ ਮੁੱਦੇ ਸੀਗੇ ਤੇ ਆਹੀ ਗੱਲਾਂ ਕਰਦੇ। ਫਿਰ ਉਹ ਅਕਾਲ ਪੁਰਖ ਬੈਠਾ ਉੱਤੇ, ਊੜ ਨੂੰ ਕੁੱਟੇ ਨਾਨਕਾ, ਉੜਕ ਸੱਚ ਰਹੇ। ਟਰੁੱਥ ਵਿਲ ਅਲਟੀਮੇਟਲੀ ਪ੍ਰੀਵੇਲ। ਅੱਜ ਨੀ ਪ੍ਰੀਵੇਲ ਕਰੂਗਾ, 4 ਦਿਨ ਰੋਕ ਲੂਗਾ, 4 ਮਹੀਨੇ ਰੋਕ ਲੂਗਾ, 1-1.5 ਸਾਲ ਰੋਕ ਲੂਗਾ। ਮੈਂ ਜਾਊਂਗਾ ਸੁਪਰੀਮ ਕੋਰਟ ਦੇ ਵਿੱਚ, ਆਈ ਵਿਲ ਆਸਕ ਫੋਰ ਸੁਪਰੀਮ CBI ਇਨਕੁਆਇਰੀ, ਆਲਦੋ CBI ਐਟਸੈਟਰਾ ਅੱਜ ਕੱਲ੍ਹ ਸ਼ੱਕ ਹੈ, ਪਰ ਸਾਡੇ ਕੋਲ ਚਾਰਾ ਕੀ ਹੈ? ਮੈਂ ਮੰਗੂਗਾ CBI ਜਾਂਚ ਕੇ ਆਹ ਦੋਨਾਂ ਪਰਚਿਆਂ ਦੀ CBI ਜਾਂਚ। ਸਾਰੇ ਨੰਗੇ ਹੋ ਜਾਣਗੇ, ਕੱਪੜੇ ਲੱਥ ਜਾਣਗੇ ਇਹਨਾਂ ਦੇ, ਦੇ ਵਿਲ ਹੈਵ ਟੂ ਫੇਸ ਦ ਮਿਊਜ਼ਿਕ। ਔਰ ਮੈਨੂੰ ਕੱਲ੍ਹ ਬੜੀ ਅੱਛੀ ਸਲਾਹ ਦੇ ਕੇ ਗਏ ਨੇ ਸਾਡੇ ਕਾਂਗਰਸ ਦੇ, ਮੈਂ ਨਾਮ ਵੀ ਲੈ ਦਿੰਦਾ, ਕੁਸ਼ਲਦੀਪ ਸਿੰਘ ਕਿੱਕੀ XMLA, ਉਹਦੇ ਨਾਲ ਬਹੁਤ ਜ਼ਿਆਦਾ ਹੋਈ ਹੈ। ਤਿੰਨੇ ਕਾਂਗਰਸ ਦੇ ਬੰਦਿਆਂ ਨਾਲ ਸਾਧੂ ਸਿੰਘ ਨੂੰ ਤੀਜੀ ਵਾਰੀ ਫੜ ਲਿਆ ਵਿਚਾਰੇ ਨੂੰ, ਇੱਕੋ ਕੇਸ ਵਿੱਚ, ਥਰਡ ਟਾਈਮ। ਕਿੱਕੀ ਮੈਨੂੰ ਕਹਿ ਕੇ ਗਿਆ, ਪ੍ਰਧਾਨ ਜੀ ਬੈਠੇ, ਮੈਂ ਵੀ ਕਹੂੰਗਾ ਇਹਨਾਂ ਨੂੰ, ਸਾਰੇ ਬੈਠੇ ਆ, GP ਵੀ ਸਾਡਾ ਛੋਟਾ ਵੀਰ XML ਬੈਠਾ, ਇਹ ਜਿਹੜੇ ਆਫਿਸਰਸ ਨੇ ਹੂ ਆਰ ਬੀਂਗ ਐਕਟਿੰਗ ਲਾਈਕ ਪੇਡ ਮਰਸਨਰੀਜ਼, ਆਈ ਯੂਜ਼ ਦ ਵਰਡ,
ਦੇ ਐਕਟਿੰਗ ਲਾਈਕ ਪੇਡ ਮਸ਼ੀਨਰੀ ਫੋਰ ਛੋਟੀਆਂ ਮੋਟੀਆਂ ਟ੍ਰਾਂਸਫਰਸ ਕਰਾਉਣ ਵਾਸਤੇ ਯਾਰ, ਥੋੜੇ ਜਿਹੇ ਪੈਸੇ ਪੂਸੇ ਕਮਾਉਣ ਵਾਸਤੇ ਤੁਸੀਂ ਯਾਰ ਇੰਨਾ ਥੱਲੇ ਲੱਗ ਰਹੇ ਹੋ। IPS ਹੋ ਕੇ ਯੂ ਆਰ ਥਰੋਇੰਗ ਦ ਕੋਨਸਟੀਟਿਊਸ਼ਨ, ਟੇਅਰਿੰਗ ਇਟ ਅਪਾਰਟ, ਯੂ ਆਰ ਮਰਡਰਿੰਗ ਸੰਬਡੀਜ਼ ਇੰਡੀਪੈਂਡੈਂਸ, ਯੂ ਆਰ ਸਨੈਚਿੰਗ ਸੰਬਡੀਜ਼ ਲਿਬਰਟੀ। ਇੰਨਾ ਮੱਤ ਗਿਰੋ ਥੱਲੇ, ਥੋੜੀ ਆਪਣੀ ਇੱਜ਼ਤ ਰੱਖੋ, ਬਹਾਲ ਰੱਖੋ। ਪ੍ਰਧਾਨ ਜੀ ਨੂੰ ਮੈਂ ਕਹੂੰਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵਿਲ ਟਰਾਈ, ਅਫਕੋਰਸ ਕਰਦਾ ਤਾਂ ਪਾਰਟੀ ਦੀ ਸਹਿਮਤੀ ਨਾਲ, ਮਰਜ਼ੀ ਨਾਲ, ਕਾਂਗਰਸ ਭਵਨ ਦੇ ਬਾਹਰ ਇੱਕ ਬੋਰਡ ਲਾਉਣਾ ਚਾਹੁੰਦੇ ਹਾਂ। ਔਰ ਜਿਹੜੇ ਅਫਸਰ ਇੱਦਾਂ ਬਦਲਾਖੋਰੀ ਕਰ ਰਹੇ ਨੇ, ਸੰਵਿਧਾਨ ਨੂੰ ਛਿੱਕੇ ਤੇ ਟੰਗ ਰਹੇ ਨੇ, ਉਹਨਾਂ ਦੇ ਨਾਮ ਬੋਰਡ ਹੋਊਗਾ ਕਾਲੇ ਰੰਗ ਦਾ ਤੇ ਨਾਮ ਲਿਖਾਂਗੇ ਲਾਲ ਰੰਗ ਨਾਲ, ਤਾਂ ਕਿ ਆਉਣ ਵਾਲੇ ਸਮੇਂ ਚ ਕੱਲ ਨੂੰ ਸਾਡੀ ਸਰਕਾਰ ਬਣਨੀ ਆ। ਇਹ ਨਾ ਹੋਵੇ ਕਿ ਮਾਲਵੇ ਵਾਲਾ ਧੱਕਾ ਕਰਕੇ ਮਾਝੇ ਵਾਲੇ ਲੀਡਰ ਤੋਂ ਫਾਇਦਾ ਲੈ ਜਾਏ ਤੇ ਮਾਝੇ ਵਾਲਾ ਅਫਸਰ ਧੱਕਾ ਕਰਕੇ ਦੁਆਬੇ ਵਾਲੇ ਲੀਡਰ ਦੇ ਪੈਸੇ ਦੇ ਕੇ ਇਲੈਕਸ਼ਨਾਂ ਦੇ ਵਿੱਚ ਕੋਈ ਮਾੜਾ ਮੋਟਾ ਡੋਨੇਸ਼ਨ ਕਰਕੇ ਉਹ ਤੋਂ ਫਾਇਦਾ ਲੈ ਜਾਏ। ਨਹੀਂ, ਉਹ ਜਿਹੜਾ ਬੋਰਡ ਹੋਵੇਗਾ, ਡੈਰੀ ਡੂਰੀ ਨਹੀਂ ਬੋਰਡ, ਕਿਉਂਕਿ ਉਹ ਪੜ੍ਹਨ ਆਣ ਕੇ ਮੀਡੀਆ ਦੇਖੇ ਆਣ ਕੇ ਬਾਹਰ, ਘੱਟੋ ਘੱਟ ਬੇਅਰ ਮਿਨੀਮਮ ਰਿਅਲਿਸਟਿਕਲੀ ਜਿਹੜੇ ਅਫਸਰਾਂ ਨੇ ਸਾਡੇ ਕੇਡਰ ਨਾਲ, ਲੀਡਰਾਂ ਨਾਲ, ਵਰਕਰਾਂ ਨਾਲ ਜਬਰ, ਜ਼ੁਲਮ, ਧੱਕਾ, ਉਹਨਾਂ ਦੇ ਨਾਮ ਉੱਥੇ ਲਿਖੇ ਜਾਣਗੇ। ਫਿਰ ਆਈ ਐਮ ਨੋਟ ਟ੍ਰਾਇੰਗ ਟੂ ਇੰਟੀਮੀਡੇਟ ਐਨੀਬਡੀ, ਨੋ, ਮੈਂ ਕਿਸੇ ਨੂੰ ਥ੍ਰੈਟਨ ਨਹੀਂ ਕਰ ਰਿਹਾ, ਪਰ ਜਿਹੜਾ ਬਾਬਾ ਸਾਹਿਬ ਅੰਬੇਦਕਰ ਦੀ ਤੇ ਭਗਤ ਸਿੰਘ ਦੀ ਫੋਟੋ ਲਾਈ ਭਗਵੰਤ ਨੇ ਪਿੱਛੇ, ਪਹਿਲਾਂ ਤਾਂ ਲਾ ਦੇਣੀਆਂ ਚਾਹੀਦੀਆਂ। ਦਿਸ ਨੋ ਪੁਆਇੰਟ, ਸਿਰਫ ਫੋਟੋਆਂ ਇਸ ਕਰਕੇ ਕਿ ਤਸਵੀਰ ਦੇ ਖਾਤਰ ਟੰਗੀਆਂ ਨੇ, ਦਿਸ ਨੋ ਪੁਆਇੰਟ ਹੈਂਗਿੰਗ ਪਿਕਚਰਸ ਲਾਈਕ ਦਿਸ। ਤੁਸੀਂ ਜਦ ਉਹਨਾਂ ਦੇ ਆਈਡੀਓਲੋਜੀ ਤੇ ਕੰਮ ਹੀ ਨਹੀਂ ਕਰ ਰਹੇ, ਭਗਤ ਸਿੰਘ ਹੁੰਦਾ ਤੇ ਉਹ ਕਰਦਾ ਪਰਚੇ ਠਹਿਰੇ ਤੇ ਦਰਜ, ਉਹ ਝੂਠੇ NSA ਲਾ ਕੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿਚ ਭੇਜਦਾ ਭਗਤ ਸਿੰਘ, ਉਹ ਯੁਆਪਾ ਕਰਕੇ ਸੀਰੀਅਸ ਕੇਸਿਸ ਲਾਜ ਬਣਾਉਂਦਾ ਭਗਤ ਸਿੰਘ, ਨਹੀਂ ਲਾਉਂਦਾ। ਤੇ ਫਿਰ ਫਾਇਦਾ ਕੀ, ਤੁਸੀਂ ਨਾਮ ਉਹਨਾਂ ਦਾ ਵਰਤਦੇ ਹੋ, ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਤੇ ਸੰਵਿਧਾਨ ਨੂੰ ਤੁਸੀਂ ਰੋਜ਼ ਛਿੱਕੇ ਤੇ ਟੰਗਦੇ ਹੋ। ਔਰ ਮੈਂ ਭਗਵੰਤ ਨੂੰ ਕਹਿਣਾ ਚਾਹੁੰਦਾ ਕਿ ਯੂ ਹੈਵ ਨੋ ਓਪੀਨੀਅਨ, ਯੂ ਆਰ ਅ ਸਿੱਖ ਚੀਫ ਮਿਨਿਸਟਰ, ਪੰਜਾਬ ਦਾ ਸਿੱਖ ਚੀਫ ਮਿਨਿਸਟਰ ਆ। ਸਾਡੇ ਕੌਮ ਦੇ ਕੁਝ ਬੰਦਿਆਂ ਤੇ ਬਾਹਰ ਵਿਦੇਸ਼ਾਂ ਵਿਚ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਉਹਨਾਂ ਵਿਕਟਿਮ ਹੋਏ ਨੇ, ਮਾਰੇ ਗਏ ਕੈਨੇਡਾ ਦੇ ਵਿਚ ਬੰਦੇ, ਥ੍ਰੈਟਸ ਵੀਲਡ ਆਊਟ ਹੋ ਰਹੀਆਂ ਅਮਰੀਕਾ ਦੇ ਵਿਚ। ਮੈਂ ਕਿਸੇ ਦਾ ਸਪੋਰਟਰ ਨਹੀਂ ਗਾ, ਲੈਟ ਮੀ ਕੈਟਾਗੋਰੀਕਲੀ ਸੇ, ਸਮਟਾਈਮ ਵਨ ਕੈਨ ਟਵਿਸਟ ਦਾ ਸਟੇਟਮੈਂਟ, ਨੋ, ਬਟ ਇੱਕ ਪੰਜਾਬ ਦਾ ਮੁੱਖ ਮੰਤਰੀ ਹੋਵੇ, ਚਲੋ ਅਸੀਂ ਬੋਲੀਏ ਨਾ ਬੋਲੀਏ, ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਓਪੀਨੀਅਨ ਹੀ ਹੈ ਨੀਗਾ ਕਿ ਦੇਸ਼ ਦੀਆਂ ਏਜੰਸੀਆਂ ਉਧਰ ਵਿਦੇਸ਼ਾਂ ਵਿਚ ਜਾ ਕੇ ਸਿੱਖਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਐਲੀਮੀਨੇਟ ਕਰ ਰਹੀ ਆ, ਕੋਈ ਓਪੀਨੀਅਨ ਹੀ ਨਾ ਹੱਕ ਚ ਨਾ ਉਲਟ, ਕਿੱਦਾਂ ਦਾ ਮੁੱਖ ਮੰਤਰੀ ਅਸੀਂ ਚੁਣ ਕੇ ਬਿਠਾ ਦਿੱਤਾ ਵਾ। ਔਰ ਮੈਨੂੰ ਤਾਂ ਹੁਣ ਸ਼ੱਕ ਪੈਂਦਾ ਕਿ ਦੀਪ ਸਿੱਧੂ ਦਾ ਜਿਹੜਾ ਹੋਇਆ ਐਕਸੀਡੈਂਟ, ਇਟ ਮੇ ਨੋਟ ਬੀ ਐਨ ਐਕਸੀਡੈਂਟ, ਇਟ ਮੇ ਆਲਸੋ ਬੀ ਅ ਮਰਡਰ, ਵਾਟ ਇਜ਼ ਹੈਪਨਿੰਗ ਆਲ ਅਰਾਊਂਡ ਅਸ। ਆਹ ਸਾਡੇ ਪੰਜਾਬ ਦੀ ਇਸ ਵਕਤ ਦੀ ਮੈਂ ਜਿਹੜੀ ਤਸਵੀਰ ਦੇਖ ਰਿਹਾ ਸੀਗਾ, ਮੈਂ ਤਾਂ ਤੁਹਾਨੂੰ ਸਿਰਫ ਇਸ ਲਈ ਸੱਦਾ ਦਿੱਤਾ ਕਿ ਤੁਹਾਡੇ ਜ਼ਰੀਏ ਮੈਂ ਆਪਣੀ ਗੱਲ ਪਹੁੰਚਾ ਸਕਾਂ। ਮੇਰੀ ਤਕਦੀਰ ਵਿਚ ਲਿਖਿਆ ਜੋ ਇੱਥੇ ਮੱਥੇ ਤੇ ਲਿਖਿਆ ਉਹ ਮੈਂ ਭੁਗਤੂੰਗਾ, ਨੋ ਪ੍ਰੋਬਲਮ। ਮੈਂ ਜੇਲ੍ਹ ਚ ਰਿਹਾ, ਜੇਲ੍ਹ ਮੈਂ ਜਿੱਦਾਂ ਕਿਹਾ ਵਾ ਕਿ ਜੇਲ੍ਹ ਅਕਸਰ ਬੰਦੇ ਹੀ ਜਾਂਦੇ ਨੇ ਨਾ, ਮੈਂ ਜੇਲ੍ਹ ਵਿਚ ਇਹਨਾਂ ਨੇ ਸਮਝਿਆ ਕਿ ਮੈਨੂੰ ਮਾਨਸਿਕ ਤੌਰ ਦੇ ਉੱਤੇ ਡਿਸਟਰੋਏ ਕਰਨਗੇ ਨਾ, ਦੈਟ ਇਜ਼ ਦ ਪਰਪਸ ਆਫ ਮੇਕਿੰਗ ਫਾਲਸ ਕੇਸਿਸ ਅਗੇਂਸਟ ਯੂ। ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਬਹੁਤ, ਮੈਂ ਮੈਂਟਲੀ ਸਟਰੋਂਗ ਹੋ ਕੇ ਨਿਕਲਿਆ, ਮੈਂ ਬਹੁਤ ਅੱਛੇ ਤਰੀਕੇ ਨਾਲ ਸੋਚਿਆ। ਮੈਂ ਸੋਚਿਆ ਪਹਿਲਾਂ ਜਦੋਂ ਗਏ ਤਾਂ ਹਰ ਇੱਕ ਨੂੰ ਮਾੜਾ ਲੱਗਦਾ ਕਿ ਮੈਨੂੰ ਯਾਰ, ਮੈਂ ਨਿਰਦੋਸ਼ ਆ, ਮੈਨੂੰ ਬੇਗਨਾ ਮੁਕੱਦਮੇ ਵਿਚ ਫਸਾ ਦਿੱਤਾ ਯਾਰ। ਫਿਰ ਮੈਂ ਸੋਚਿਆ ਕਿ ਤੂੰ ਚੀਜ਼ ਕੀ ਹੈ, ਲੁੱਕ ਅਰਾਊਂਡ ਐਂਡ ਸੀ ਇਮਰਾਨ ਖਾਨ, ਫਾਰਮਰ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ, ਉਹਦੇ ਤੇ ਕਿੰਨੇ ਸੰਗੀਨ ਕੇਸਿਸ, ਲਾਈਫ ਸੈਂਟੈਂਸ ਦਿੱਤੀ ਆ। ਉਹਦੇ ਨਾਲ ਮਿਸਟਰ ਖੁਰੇਸ਼ੀ, ਉਹਦੇ ਫਾਰਮਰ ਮਿਨਿਸਟਰ ਸੀਗੇ ਪਾਕਿਸਤਾਨ ਦੇ, ਉਹ ਨਿਕਲਦਾ ਬਾਹਰ ਜੇਲ੍ਹ ਚੋਂ, ਸੁਪਰੀਮ ਕੋਰਟ ਨੇ ਬਿਲ ਦਿੱਤੀ, ਉੱਥੇ ਚੱਕ ਲਿਆ ਉਹਨੂੰ।
ਐਗਜੈਕਟਲੀ ਭਗਵੰਤ ਤੁਸੀਂ ਇਹੀ ਕਰ ਰਹੇ ਹੋ। ਪਾਕਿਸਤਾਨ ਦੀ ਡੈਮੋਕ੍ਰੇਸੀ ਜਿਹੜੀ ਕਹਿਣ ਨੂੰ ਡੈਮੋਕ੍ਰੇਸੀ ਹੈ, ਕੰਟਰੋਲਡ ਬਾਏ ਦੀ ਆਰਮੀ ਹੈ, ਉਨਾ ਧੱਕਾ ਤੁਸੀਂ ਕਰ ਰਹੇ ਹੋ। ਫਿਰ ਮੈਂ ਆਪਣੇ ਪਿਤਾ ਜੀ ਵੱਲ ਤੱਕ ਨਿਗਾਹ ਮਾਰੀ, ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਅੱਜ ਨਹੀਂ ਗਏ, ਉਹਨਾਂ ਨੂੰ 23 ਵਾਰ ਨੈਸ਼ਨਲ ਸਿਕਿਉਰਿਟੀ ਐਕਟ NSA ਤਹਿਤ ਉਹਨਾਂ ਨੂੰ ਡਿਟੇਨ ਕੀਤਾ। ਤ੍ਰਿਪੁਰਾ ਦੀ ਜੇਲ੍ਹ ਵਿਚ 365 ਦਿਨ ਅਗਰਤਲਾ ਵਿਚ ਕੱਟੇ ਉਹਨਾਂ ਨੇ, ਸਾਰੀਆਂ ਜੇਲ੍ਹਾਂ ਤਿਹਾੜ ਜੇਲ੍ਹ ਸਮੇਤ ਇਧਰੋਂ ਹਜ਼ਾਰੀਬਾਗ ਬਿਹਾਰ ਤੇ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਚ ਡੇਢ ਸਾਲ 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 ਇਕੱਠੇ ਕੌੜਾ ਸਾਹਿਬ ਦੇ ਨਾਲ ਉਹਨਾਂ ਨੇ ਮੀਸਾ ਦੇ ਵਿਚ ਐਮਰਜੈਂਸੀ ਪੂਰੇ 19 ਮਹੀਨੇ ਕੱਟੇ। ਮੈਂ ਕਿਹਾ ਯਾਰ ਜੇ 19 ਮਹੀਨੇ ਕੱਟ ਸਕਦਾ ਤੇਰਾ ਪਿਓ ਤੇ ਤੂੰ ਮਰ ਚੱਲਿਆ ਵਾ, ਜੇ 2-4-6-8-10 ਮਹੀਨੇ ਤੂੰ ਕੱਟ ਲਏਗਾ ਤਾਂ ਕੋਈ ਪ੍ਰਵਾਹ ਨਹੀਂ। ਐਂਡ ਆਈ ਰਿਪੀਟ, NSA ਲਾ ਕੇ ਉਹ ਆਸਾਮ ਚ ਭੇਜੇ ਸਾਡੇ ਨੌਜਵਾਨ ਯਾਰ, ਉਹ ਵੀ ਕੱਟ ਰਹੇ ਨੇ ਨਾ ਸਾਲ ਦੇ। ਕਿੱਡਾ ਕੁ ਗੁਨਾਹ ਵਾ, ਜਿਹੜਾ ਗੁਨਾਹ ਅਸੀਂ ਦਿੰਦੇ ਉਹਨੂੰ ਸਜ਼ਾ ਅਜਨਾਲੇ ਥਾਣੇ ਨੂੰ ਭੰਨਣ ਦੀ, 307 ਜੋ ਮਰਜ਼ੀ ਲਾ ਦਿੰਦੇ। ਹੂ ਗੇਵ ਯੂ ਦੀ ਅਥਾਰਿਟੀ ਟੂ ਇੰਪੋਜ਼ NSA? ਡ੍ਰੈਕੋਨੀਅਨ ਲਾਅ ਕੀ ਭਗਤ ਸਿੰਘ ਅਗਰ ਹੁੰਦਾ ਤਾਂ NSA ਲਾਉਂਦਾ? ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ, ਹਾਹਾਕਾਰ ਮੱਚੀ ਹੋਈ ਆ, ਇੱਕੋ ਸਟੋਰੀ ਆ। ਉਹ ਉਧਰੋਂ ਆ ਰਹੇ ਸੀ, ਪੁਲਿਸ ਦਾ ਨਾਕਾ ਸੀਗਾ, ਉਹਨਾਂ ਨੇ ਐਂ ਗੋਲੀ ਚਲਾਈ, ਅਸੀਂ ਗੋਲੀਆਂ ਚਲਾਈਆਂ, ਉਹ ਮਰ ਗਏ। ਇਹ ਪੰਜਾਬ ਦੇ ਵਿੱਚ ਭਗਤ ਸਿੰਘ ਦੀ ਸਟੋਰੀ ਹੈ? ਕੀ ਇਹ ਪੰਜਾਬ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੀ ਸਟੋਰੀ ਹੈ? ਇਹਨਾਂ ਸਭ ਕੁਝ ਹੋਣ ਦੇ ਬਾਅਦ ਮੈਂ ਜਦੋਂ ਸਾਰਾ ਹੋਰ ਪੜਿਆ, ਆਈ ਰੈਡ ਦੀ ਕਰੈਕਟਰ ਆਫ ਨੈਲਸਨ ਮੰਡੇਲਾ। 27 ਸਾਲ ਹੀ ਵਾਜ ਕੈਪਟ ਇਨ ਸੋਲਿਟਰੀ ਕਨਫਾਈਨਮੈਂਟ, ਤਾਂ ਕੁਛ ਵੀ ਨਹੀਂ ਸੀ, ਚਲੋ ਛੱਡ ਦੋ ਮੇਰੀ ਕਹਾਣੀ ਤਾਂ। ਰੋਬਿਨ ਆਈਲੈਂਡ ਸੀਗੇ, ਕੇਪ ਟਾਊਨ ਦੇ ਬਾਹਰਲੇ ਪਾਸੇ ਇੱਕ ਜਜ਼ੀਰਾ ਵਾ, ਜਿਹੜੀ ਐਲਕਟ੍ਰੈਸ ਜੇਲ੍ਹ ਹੈਗੀ ਆ, ਸੈਨ ਫਰਾਂਸਿਸਕੋ ਅਮਰੀਕਾ ਦੀ ਸਭ ਤੋਂ ਜ਼ਿਆਦਾ ਖਤਰਨਾਕ ਜੇਲ੍ਹ ਹੈ ਦੁਨੀਆਂ ਦੀ, ਬਿਲਕੁਲ ਉਹਦੀ ਤਰਜ਼ ਦੇ ਉੱਤੇ। ਸਾਊਥ ਅਫਰੀਕਾ ਦੀ ਉਸ ਵਕਤ ਦੀ ਰੇਸਿਸਟ ਵਾਈਟ ਗਵਰਨਮੈਂਟ ਨੇ, ਮਿਸਟਰ ਕਲਾਰਕ ਸੀਗੇ ਉਹਦੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਬਣਾਈ ਸੀ, ਉੱਥੇ ਰੱਖਿਆ ਉਹਨੂੰ, ਪਹਿਲਾਂ ਬੁੱਥਾ ਸੀ। 27 ਸਾਲ ਯਾਰ, ਜਸਟ ਇਮੈਜਿਨ, 6-6 ਫੁੱਟ ਦੇ ਸੈੱਲ ਵਿੱਚ ਮੰਡੇਲੇ ਨੂੰ ਕਈ ਸਾਲ ਕੱਟਣੇ ਪਏ, 6-6 ਫੁੱਟ ਦੇ ਸੈੱਲ ਵਿੱਚ ਕੰਮ ਕਰਾਉਂਦੇ ਸੀ ਉਹਦਾ ਲੇਬਰ। 27 ਸਾਲ ਉਹਨੇ ਜੇਲ੍ਹ ਕੱਟੀ। ਫਿਰ ਉਹਦੀ ਕਿਤਾਬ ਦਾ ਅਖੀਰਲਾ ਨਿਚੋੜ ਦੱਸਣ ਲੱਗਿਆ, ਫਿਰ ਮੈਂ ਵਾਇੰਡ ਅਪ ਕਰਨ ਲੱਗਿਆ। ਗੁੱਸਾ ਮੈਨੂੰ ਬਹੁਤ ਆਇਆ ਜੇਲ੍ਹ ਵਿੱਚ, ਬੜਾ ਦੁੱਖ ਲੱਗਿਆ ਗਿਆ, ਬਿਲਕੁਲ ਹੀ ਬੇਗਨਾ। ਤੇ ਦੇਖੋ ਕਿਹੋ ਜਿਹੇ ਕੇਸ ਬਦਨਾਮ ਕਰਦੇ ਨੇ, ਡਰੱਗ ਫਲਾਨਾ, ਫਿਰ ਬਾਹਰ ਪਤਾ ਨੀ ਕੇਜਰੀਵਾਲ ਆ ਕੇ ਕਹਿ ਰਿਹਾ ਸਮਗਲਰ ਪਕੜ ਲਿਆ ਹਮਨੇ, ਆ ਸਮਗਲਰ ਲੱਗਦਾ ਤੁਹਾਨੂੰ ਮੈਂ? ਆ ਮੇਰਾ ਬੇਟਾ ਖੜਾ ਸੀ, ਕਿੱਥੇ ਆ ਮੈਂ ਤਾਰ, ਤੁਹਾਨੂੰ ਸਮਗਲਰ ਲੱਗਦੇ ਅਸੀਂ ਯਾਰ ਲੋਕਾਂ ਨੂੰ। ਮੈਨੂੰ 3 ਵਾਰ MLA ਬਣਾਇਆ ਲੋਕਾਂ ਨੇ, ਮੈਨੂੰ ਲੀਡਰ ਆਫ ਓਪੋਜੀਸ਼ਨ ਬਣਾਇਆ ਲੋਕਾਂ ਨੇ, ਅਸੀਂ ਸਮਗਲਰ ਲੱਗਦੇ ਹਾਂ। ਸਟੇਜਾਂ ਤੋਂ ਕੇਜਰੀਵਾਲ ਵਰਗਾ ਆਦਮੀ ਮੈਨੂੰ ਕਹੇ ਕਿ ਹਮਨੇ ਇੱਕ ਬਹੁਤ ਵੱਡਾ ਸਮਗਲਰ ਪਕੜ ਲਿਆ ਹੈ, ਉਹਨੂੰ ਸ਼ਰਮ ਆਉਣੀ ਚਾਹੀਦੀ ਸੀ ਗੱਲ ਕਰਨ ਤੋਂ ਪਹਿਲਾਂ। ਆਈ ਵਾਜ਼ ਹਿਜ਼ ਲੀਡਰ ਆਫ ਓਪੋਜੀਸ਼ਨ, ਹੀ ਅਪੁਆਇੰਟਡ ਮੀ ਲੀਡਰ ਆਫ ਓਪੋਜੀਸ਼ਨ, ਐਂਡ ਜਿਹੜਾ ਕੇਸ ਮੈਂ ਅੱਜ ਭੁਗਤ ਰਿਹਾ ਇਹ ਉਸੇ ਕਰਕੇ, ਕਿਉਂਕਿ ਮੈਂ ਤਗੜੇ ਹੋ ਕੇ ਲੜਾਈ ਦਿੱਤੀ ਬਤੌਰ ਲੀਡਰ ਆਫ ਓਪੋਜੀਸ਼ਨ, ਤੇ ਸਾਨੂੰ ਸਮਗਲਰ ਬਣਾ ਦਿੱਤਾ ਯਾਰ। ਜੋ ਕੁਛ ਮੈਂ ਮੰਡੇਲਾ ਦਾ ਲਾਸਟ ਕੋਰਟ ਤੇ ਆਉਣ ਲੱਗਾ, ਜੋ ਕੁਛ ਕੇਜਰੀਵਾਲ ਸਾਹਿਬ ਤੁਸੀਂ ਕਹਿ ਰਹੇ ਨਾ ਕਿ ਮੋਦੀ ਸਾਡਾ ਧੱਕਾ ਕਰ ਰਿਹਾ, ED CBI ਇਨਕਮ ਟੈਕਸ ਕਰ ਰਿਹਾ, ਮੈਂ ਕਹਿ ਰਿਹਾ ਕਰ ਰਿਹਾ, ਪਰ ਤੁਸੀਂ ਪੰਜਾਬ ਦੇ ਵਿੱਚ ਕੱਟ ਕਿੱਥੇ ਕਰ ਰਹੇ ਹੋ? ਉਹੀ ਤੰਤਰ ਤੁਸੀਂ ਪੰਜਾਬ ਦੀ ਪੁਲਿਸ ਤੇ ਵਿਜੀਲੈਂਸ ਤੋਂ ਤੁਸੀਂ ਚੱਕ ਚੱਕ ਕੇ ਆਪਣੇ ਓਪੋਨੈਂਟਸ ਨੂੰ ਚੁਣ ਚੁਣ ਕੇ, ਤੁਹਾਡੇ ਬੰਦੇ ਦੇ ਖਿਲਾਫ਼ ਕਿਸੇ ਦੇ ਖਿਲਾਫ਼ ਕੋਈ ਇਨਕੁਆਇਰੀ ਨਹੀਂ, ਸਭ ਲੁੱਟ ਰਹੇ ਨੇ, ਰੇਤਾ ਤੋਂ, ਬਜਰੀ ਤੋਂ, ਕੇਬਲ ਤੋਂ, ਕੇਬਲ ਦਾ ਆਡੀਓ ਆ ਗਈ MLA ਦੀ ਕਿ ਸਾਡਾ ਵਪਾਰ ਖੋਲ ਰਿਹਾ, ਹਾਈਕੋਰਟ ਇੰਟਰਵੀਨ ਕਰਤਾ ਵਾ ਫਾਸਟਵੇ ਵਾਲੇ ਕੇਸ ਦੇ ਵਿੱਚ, ਕੋਈ ਪੁਲਿਸ ਦੀ ਇਨਕੁਆਇਰੀ ਤੁਹਾਡੇ MLA ਦੇ ਖਿਲਾਫ਼ ਨਹੀਂ, ਸਿਰਫ ਓਪੋਨੈਂਟ ਦੇ ਖਿਲਾਫ਼। ਤੇ ਫਿਰ ਤੁਹਾਡੇ ਤੇ BJP ਦੀ ਸਰਕਾਰ ਵਿੱਚ ਕੀ ਫਰਕ ਹੈ? ਤੁਸੀਂ ਮੀਡੀਆ ਉਹਨਾਂ ਨੂੰ ਕਹਿੰਦੇ ਜੀ ਉਸਨੇ KG ਮੀਡੀਆ ਬਣਾ ਦਿਆ ਹੈ, ਤੋ ਯਹਾਂ ਕਿਆ ਕਰ ਰਹੇ ਹੋ ਆ ਭਾਈ ਸਾਹਿਬ? ਇਟ ਇਜ਼ ਦ ਸੇਮ, ਦੀ ਇੰਟਾਇਰ BJP ਮਾਡਲ ਹੈਜ਼ ਬੀਨ ਇੰਪਲੀਮੈਂਟਡ ਇਨ ਲੈਟਰ ਐਂਡ ਸਪਿਰਿਟ ਇਨ ਪੰਜਾਬ। ਅਗਲੀ ਗੱਲ ਸੁਣੋ, ਸਾਨੂੰ ਤਾਂ ਸਮਗਲਰ ਕਹਿੰਦੇ ਨੇ, ਅਸੀਂ ਤਾਂ ਫਿਰ ਵੀ ਚਲੋ ਜਮਾਨਤਾਂ ਤੇ 3-3.5-4 ਮਹੀਨੇ ਚ ਬਾਹਰ ਆ ਗਿਆ,
ਇਹਨਾਂ ਦੇ ਤਾਂ ਲੀਡਰ ਸਾਲ ਸਾਲ ਦੇ ਬੇਲਸ ਡਿਨਾਈ ਕੀਤੀਆਂ ਸੁਪਰੀਮ ਕੋਰਟ ਆਫ ਇੰਡੀਆ ਨੇ। ਮਨੀਸ਼ ਸਿਸੋਡੀਆ ਇਜ ਮੋਰ ਦੈਨ 1 ਈਅਰ ਇਨ ਸਾਈਟ, ਸਤਿੰਦਰ ਜੈਨ ਮੋਰ ਦੇਅਰ 1 ਈਅਰ ਇਨ ਸਾਈਟ, ਸੁਪਰੀਮ ਕੋਰਟ ਨੇ ਬੇਲ ਨਹੀਂ ਗ੍ਰਾਂਟ ਕੀਤੀ। ਕੇਜਰੀਵਾਲ ਕਹੀ ਜਾਂਦਾ ਹਮ ਤੋਂ ਕੱਟੜ ਮਾਨ, ਦੈਟ ਮੀਨਸ ਕੇਜਰੀਵਾਲ ਆਪਣੇ ਆਪ ਨੂੰ ਸੁਪਰੀਮ ਕੋਰਟ ਤੋਂ ਉੱਤੇ ਸਮਝਦਾ ਵਾ। ਕੇਜਰੀਵਾਲ ਨੂੰ ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨ, ਬੇਲ ਡਿਨਾਇਲ ਦਾ ਕੋਈ ਅਸਰ ਨਹੀਂਗਾ। ਹੀ ਹੈਜ਼ ਨੋ ਵੈਲਿਊ ਫਾਰ ਦਾ ਜੁਡੀਸ਼ਰੀ ਆਫ ਦਿਸ ਕੰਟਰੀ। ਹੀ ਫੀਲਸ ਕਿ ਸਿਸੋਡੀਆ ਤੇ ਸਤਿੰਦਰ ਜੈਨ ਇਮਾਨਦਾਰ ਹੈ, ਸੁਪਰੀਮ ਕੋਰਟ ਬੇਈਮਾਨ ਹੈ। ਦੈਟਸ ਵਾਟ ਹੀ ਵਾਂਟਸ ਟੂ ਸੇ ਐਕਚੁਅਲੀ। ਤੇ ਇੱਧਰ ਸਾਨੂੰ ਕਹੀ ਜਾਂਦੇ ਕਿ ਜੇ ਬੇਈਮਾਨ ਹੈ ਹਮ ਤੋਂ ਕੱਠੇ ਇਮਾਨਦਾਰ ਹੈ। ਸੁਪਰੀਮ ਕੋਰਟ ਨੇ ਬੇਲਾਂ ਡਿਨਾਈ ਕੀਤੀਆਂ ਸਾਲ ਸਾਲ ਦੇ ਅੰਦਰ ਨੇ। ਐਕਸਾਈਜ਼ ਦੀ ਪਾਲਿਸੀ ਆ, ਉਹੀ ਪਾਲਿਸੀ ਪੰਜਾਬ ਦੇ ਵਿੱਚ ਸੁਪਰੀਮ ਕੋਰਟ ਨੇ ਇੱਥੋਂ ਤੱਕ ਕਰਤਾ ਕਾਮੈਂਟ ਕਿ ਪ੍ਰਾਈਮੈਰੀਲੀ ਪ੍ਰਾਈਮਾ ਫਿਸ਼ਾਏ 388 ਕਰੋੜ ਰੁਪਏ ਦਾ ਐਕਸਾਈਜ਼ ਦੇ ਘੁਟਾਲਾ ਜਿਹੜਾ ਉਹ ਸਾਬਤ ਹੁੰਦਾ, ਸਾਨੂੰ ਸਾਹਮਣੇ ਨਜ਼ਰ ਆਉਂਦਾ। ਇਸ ਕਰਕੇ ਅਸੀਂ ਮਨੀਸ਼ ਸਿਸੋਡੀਆ ਦੀ ਜ਼ਮਾਨਤ ਰਿਜੈਕਟ ਕਰਦੇ ਹਾਂ। 388 ਕਰੋੜ, ਫਿਰ ਵੀ ਕੱਟੜ ਇਮਾਨਦਾਰ ਹੈ, ਅਸੀਂ ਬੇਈਮਾਨ ਹੈ, ਅਸੀਂ ਸਮਗਲਰ ਹਾਂ। ਤਾਂ ਨੈਲਸਨ ਮੰਡੇਲਾ ਜੀ ਜੋ ਕਿਤਾਬ ਪੜ੍ਹੀ, ਗੁੱਸਾ ਜਿਹੜਾ ਸੀ ਮੇਰਾ, ਉਹਨੇ ਸ਼ਾਂਤ ਕੀਤਾ। ਆਫਟਰ 27 ਈਅਰਸ ਆਫ ਇੰਪ੍ਰਿਜ਼ਨਮੈਂਟ ਫਰੋਮ 1963 ਟੂ 1990, 90 ਚ ਬਾਹਰ ਆਇਆ, 27 ਜੈਨੂਨ 27 ਕੱਟੇ। ਐਵੇਂ ਮਾਫ਼ ਕਰਨਾ ਚੰਗਾ ਲੱਗਦਾ, ਸੁਖਬੀਰ ਮੇਰਾ ਭਰਾ ਹੀ ਆ, ਇਹ ਆਪਣੇ ਪਿਤਾ ਜੀ ਦੀ ਡਿਟੈਂਸ਼ਨ ਉਹਦੇ ਨਾਲ ਕਰਦਾ, ਇਕੁਏਟ ਗਲਤ ਕਰਦਾ। ਬਾਦਲ ਸਾਹਿਬ ਨੇ ਜੇਲ੍ਹ ਕੱਟੀ ਆ, ਅਕਾਲੀਆ ਜੋ ਸਭ ਤੋਂ ਜ਼ਿਆਦਾ ਜੇਲ੍ਹ ਕੱਟੀ ਆ, ਟੌੜਾ ਸਾਹਿਬ ਨੇ, ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ, ਫਿਰ ਬਾਦਲ ਨੇ ਕੱਟੀ ਆ, ਟੁੱਟਵੀਂ 3-4 ਸਾਲ, 4.5-5 ਸਾਲ, ਇਹ ਤੋਂ ਜ਼ਿਆਦਾ ਨਹੀਂ ਕੱਟੀ ਉਹਨੇ, 27 ਸਾਲ ਕੱਟੀ। ਚਲੋ ਇਹ ਛੱਡ ਦਿਓ ਇਸ ਗੱਲ ਨੂੰ। ਸੋ ਮੰਡੇਲਾ ਜਿਹੜੀ ਬਾਇਓਗ੍ਰਾਫੀ ਲਿਖੀ ਗਈ, ਜਿੰਨਾ ਉਹਦੇ ਨਾਲ ਮੈਂਟਲ ਟੋਰਚਰ, ਉਹਦੇ ਘਰ ਵਾਲੀ ਨੂੰ ਫੜ ਕੇ ਅੰਦਰ ਦਿੱਤਾ 2 ਸਾਲ, ਵਿਨੀ ਮੰਡੇਲਾ ਹੈਡ ਟੂ ਸਟੇ ਬਿਹਾਈਂਡ ਬਾਰਜ਼ ਇਨ ਅ ਫੈਬਰੀਕੇਟਿਡ ਕੇਸ ਦੈਟ ਟਾਈਮ। ਅਪਾਰਥਾਈਡ ਵਾਸ ਰੇਸਿਸਟ ਲਾਅ ਬਣਾਇਆ ਸੀਗਾ, ਅਪਾਰਟਨੈਸ ਕਹਿੰਦੇ ਨੇ ਅਪਾਰਥਾਈਡ ਨੂੰ। ਕਾਲੇ ਇੱਥੇ ਨਹੀਂ ਵੜ ਸਕਦੇ, ਇਹ ਗੋਰਿਆਂ ਦਾ ਥਾਂ ਸਕੂਲ, ਕਾਲੇ ਇੱਥੇ ਨਹੀਂ ਆ ਸਕਦੇ, ਇਹ ਗੋਰਿਆਂ ਦਾ ਹਸਪਤਾਲ, ਆਹ ਬੀਚ ਗੋਰਿਆਂ ਦਾ, ਆਹ ਘਰ ਜਿਹੜੇ ਕਾਲੋਨੀ ਆ ਇਹ ਗੋਰਿਆਂ ਦੇ, ਇੱਥੇ ਕਾਲੇ ਨਹੀਂ ਵੜ ਸਕਦੇ। ਉਹਨੇ ਉਹ ਬੰਦੇ ਨੇ ਇੰਨਾ ਟੋਰਚਰ ਸਿਹਾ, ਇੰਨਾ ਕੁਛ ਜ਼ੁਲਮ ਸਿਹਾ, 27 ਸਾਲ ਕੈਦ ਕੀਤੀ, ਤੇ ਅਖੀਰ ਚ ਉਹਨੂੰ ਪੁੱਛਿਆ ਜਦੋਂ ਨਿਕਲਿਆ ਬਾਹਰ, ਕਿ ਤੁਸੀਂ ਹੁਣ ਕੋਈ ਹਿਸਾਬ ਕਿਤਾਬ ਕਰੋਗੇ ਸਾਰਿਆਂ ਦਾ? ਕਹਿੰਦਾ ਨਹੀਂ, ਕਹਿੰਦਾ ਮੇਰਾ ਕੰਮ ਨਹੀਂ। ਇਹ ਉਹਨਾਂ ਦਾ ਕੰਮ ਸੀਗਾ, ਬੂਥਾ ਦਾ ਤੇ ਕਲਰਕ ਦਾ ਤੇ ਦੈਟ ਰੇਸਿਸਟ ਵਾਈਟ ਗਵਰਨਮੈਂਟ ਦਾ। ਮੈਂ ਆਪਣੇ ਦੇਸ਼ ਨੂੰ ਆਜ਼ਾਦੀ ਦਵਾਉਣ ਦੇ ਮਕਸਦ ਨਾਲ ਚੜਿਆ ਸੀ, ਜਿਹੜੇ ਉਹਦੇ ਆਪਣੀ ਕਿਤਾਬ ਵੀ ਲਿਖੀ ਉਹਨੇ, ਲੌਂਗ ਵਾਕ ਟੂ ਫਰੀਡਮ, ਉਹ ਥੋੜੀ ਜਿਹੀ ਵੱਡੀ ਸੀ, ਮੈਂ ਨਹੀਂ ਪੜ੍ਹੀ, ਪੜ੍ਹੀ ਸੀ। ਮੈਂ ਆਪਣੇ ਕੰਮ ਤੇ ਚੱਲ ਪਿਆ, ਮੈਂ ਆਪਣੇ ਸਾਊਥ ਅਫਰੀਕਾ ਨੂੰ ਆਜ਼ਾਦ ਕਰਾਉਣ ਦੇ ਏਜੰਡੇ ਤੇ ਚੱਲ ਪਿਆ, ਮੈਂ ਆਪਣਾ ਕੰਮ ਕੀਤਾ, ਉਹਨਾਂ ਨੇ ਆਪਣਾ ਕੰਮ ਕੀਤਾ, ਮੇਰੇ ਮਨ ਵਿੱਚ ਕੋਈ ਬਦਲੇ ਦੀ ਭਾਵਨਾ ਨਹੀਂ। ਆਈ ਬੇਅਰ ਨੋ ਗ੍ਰੱਜ, ਤਾਨਿਆ ਯਾਰ ਬੰਦਾ ਉਹ। ਫਿਰ ਮੈਂ ਸੋਚਿਆ ਖੇੜਾ ਕਿ ਤੂੰ ਮੰਡੇਲੇ ਦੇ ਨੌਂ ਵਰਗਾ ਵੀ ਨੀਗਾ, ਡੋਂਟ ਡੂ ਦਿਸ, ਬਟ ਟੂ ਇਨਸ਼ੋਰ ਜਸਟਿਸ। ਮੇਰੇ ਨਾਲ ਤਾਂ ਹੋ ਗਿਆ ਜੋ ਹੋ ਗਿਆ ਸੀਗਾ, ਤੇ ਹੋਰ ਕਿਸੇ ਨੂੰ ਨਾਲ ਹੋਵੇ, ਇਹਨੂੰ ਲੌਜੀਕਲ ਕੰਕਲੂਜਨ ਤੱਕ ਲਿਜਾਣਾ, ਥੋੜਾ ਬਹੁਤਾ ਆਫਿਸਰ ਦੇ ਮਨ ਨੂੰ ਇਹ ਸਮਝਾਉਣਾ ਕਿ ਤੁਸੀਂ ਗਲਤ ਕਰ ਰਹੇ ਹੋ, ਅਦਰਵਾਈਜ਼ ਤਾਂ ਹਨੇਰੀ ਲਿਆ ਦੇਣਗੇ ਅਗਲੇ 3 ਸਾਲ। ਮੈਂ ਤੁਹਾਨੂੰ ਇੱਥੋਂ ਕਹਿਣਾ ਚਾਹੁੰਦਾ, ਮੈਂ ਨਾਭੇ ਜੇਲ੍ਹ 'ਚ ਰਿਹਾ ਵਾਂ, 1000 ਬੰਦਾ ਉੱਥੇ, 50% ਬੰਦੇ ਬੇਗੁਨਾਹ ਨੇ, ਤੁਹਾਨੂੰ ਦੱਸ ਦਿੱਤਾ। ਇਹ ਸਾਡਾ ਕ੍ਰਿਮੀਨਲ ਜਸਟਿਸ ਸਿਸਟਮ, ਪੁਲਿਸ ਇੰਨਾ ਫਲੋਡ ਸਿਸਟਮ ਆ, ਇੱਕੋ FIR, ਇੱਕੋ FIR ਅਸੀਂ ਨਾਕਾ ਲਾਇਆ ਹੋਇਆ ਸੀ, ਉਹ ਬੰਦਾ ਆ ਰਿਹਾ ਸੀ ਸਕੂਟਰ ਤੇ ਕਾਰ ਤੇ, ਜਦੋਂ ਅਸੀਂ ਉਹਨੂੰ ਕਿਹਾ ਗੱਡੀ ਖੋਲ ਕੇ ਸਰਚ ਕਰੋ, ਉਹ ਭੱਜ ਗਿਆ, ਉਹਦੀ ਗੱਡੀ ਡਿੱਕੀ ਖੋਲੀ, ਵਿੱਚੋਂ 4 ਕਿਲੋ 3 ਕਿਲੋ ਚਿੱਟਾ ਨਿਕਲਿਆ, ਹੀਰੋਇਨ ਨਿਕਲੀ, ਇੱਕੋ FIR ਚੱਲਦੀ ਸਾਰੇ ਪੰਜਾਬ ਦੇ ਵਿੱਚ। ਬੇਗੁਨਾਹ ਨੇ ਬਹੁਤ ਲੋ, ਉਹ ਡਰੱਗਸ ਦੀ ਗੱਲ ਕਰਦੇ ਨੇ ਜੇਲ੍ਹਾਂ ਵਿੱਚ, ਮਾਫ ਕਰਨਾ ਵਿਦ ਡਿਊ ਰਿਗਾਰਡ, ਸਾਰੇ ਹੀ ਐਡਿਕਟ ਨੇ। ਜਿਹੜਾ ਓਪੀਓਇਡ ਦਾ ਜਿਹੜਾ ਉਹ ਸਿਸਟਮ ਸ਼ੁਰੂ ਕੀਤਾ ਹੋਇਆ ਨੇ ਡੀ ਐਡਿਕਸ਼ਨ ਦਾ, ਇਟ ਇਜ਼ ਨਾਟ ਡੀ ਐਡਿਕਸ਼ਨ, ਇਟ ਇਜ਼ ਕੰਪਲੀਟ ਐਡਿਕਸ਼ਨ। ਸਭ ਨੂੰ ਅੰਦਰ ਜੇ 1000 ਬੰਦਾ ਤੇ 900 ਬੰਦਾ ਗੋਲੀਆਂ ਤੇ ਆ ਜੀ,
ਕੋਈ ਦੋ ਗੋਲੀਆਂ ਖਾ ਰਿਹਾ, ਕੋਈ ਤਿੰਨ ਗੋਲੀਆਂ ਖਾ ਰਿਹਾ, ਤੁਹਾਡੇ ਚੋਂ ਉਹਦਾ ਕੋਈ ਚੌਥਾ ਹਿੱਸਾ ਵੀ ਗੋਲੀ ਦਾ ਖਾਦੂ ਡੋਲ ਜਾਊਗਾ। ਪੱਕੇ ਗੋਲੀਆਂ ਦੇ ਲੱਗੇ ਹੋਏ ਨਾ, ਉਹਨਾਂ ਦੀ ਕੋਈ ਕਾਉਂਸਲਿੰਗ ਨਹੀਂ, ਕੋਈ ਨਸ਼ਾ ਛਡਾਇਆ ਨਹੀਂ ਜਾ ਰਿਹਾ, ਕੋਈ ਘਟਾਇਆ ਨਹੀਂ ਜਾ ਰਿਹਾ। ਜਿਉਂ ਦਾ ਤਿਉਂ ਨਸ਼ਾ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬਰਕਰਾਰ ਹੈ। ਬਾਹਰ ਤਾਂ ਤੁਸੀਂ ਕੀ ਨਿਬੇੜਨਾ ਭਗਵੰਤ ਸਿੰਘ, ਜੇਲ੍ਹਾਂ 'ਚ ਨਹੀਂ ਨਿਬੜ ਰਿਹਾ ਤੁਹਾਡੇ ਤੋਂ ਜੇਲ੍ਹਾਂ 'ਚ। ਔਰ ਇਟ ਇਜ਼ ਵੈਰੀ ਡਿਫੀਕਲਟ ਟੂ ਯੂ ਨੋ ਟੈਲ ਸਮਬਡੀ ਟੂ ਗੈਟ ਅਵੇ ਫਰੋਮ ਦਿਸ। ਆਈ ਡੋ ਨੋਟ ਵਾਂਟ ਟੂ ਗੋ ਟੂ ਟੂ ਮਚ ਆਫ ਦ ਡਿਟੇਲਸ, ਬਟ ਡਰੱਗਸ ਇਜ਼ ਅ ਵੈਰੀ ਵੈਰੀ ਚੈਲੇਂਜਿੰਗ ਇਸ਼ੂ ਫੋਰ ਪੰਜਾਬ। ਪਰ ਪਰਚੇ ਦਰਜ ਕਰਕੇ ਲੋਕਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਧੱਕ ਕੇ ਅੰਦਰ ਜੇਲ੍ਹਾਂ ਸੁੱਟਣਾ, ਸਿਰਫ ਪੁਲਿਸ ਆਪਣੇ ਉਤਲਿਆਂ ਨੂੰ ਦਿਖਾ ਰਹੀ ਕਿ ਅਸੀਂ ਇੰਨੀਆਂ FIR ਕਰਦੇ, ਇਜ਼ ਨਾਟ ਦਾ ਸੋਲਿਊਸ਼ਨ। ਦਾ ਸੋਲਿਊਸ਼ਨ ਲਾਈਜ਼ ਐਲਸਵੇਅਰ। ਇਟਸ ਅ ਸੋਸ਼ਲ ਪ੍ਰੋਬਲਮ, ਇਟ ਇਜ਼ ਰਿਲੇਟਿਡ ਟੂ ਗਰੋਸ ਅਨਇੰਪਲੋਇਮੈਂਟ ਇਨ ਪੰਜਾਬ। ਪਰ ਚਲੋ ਮੈਂ ਉਧਰ ਜਾਣਾ ਨਹੀਂ ਚਾਹੁੰਦਾ। ਆਹ ਮੇਰੀ ਅੱਜ ਮੇਰੇ ਵੀਰੋ ਸਤਿਕਾਰਯੋਗ, ਮੀਡੀਆ ਦੇ ਸਤਿਕਾਰਯੋਗ ਵੀਰੋ ਪੰਜਾਬੀਓ, ਆਹ ਮੇਰੀ ਆਪਣੀ ਦਾਸਤਾਨ ਸੀਗੀ। ਮੈਂ ਜਿੱਦਾਂ ਦਾ ਵੀ ਹੈਗਾ ਮੈਂ ਲੜੂੰਗਾ, ਔਰ ਜੇ ਸਮਝਦੇ ਕਿ ਮੈਨੂੰ ਮੁਕੱਦਮਿਆਂ ਚ ਫਸਾ ਕੇ ਤੇ ਮੁੱਦੇ ਪੰਜਾਬ ਦੇ ਚੱਕਣੋਂ ਹਟਾ ਦੇਣਗੇ, ਨਹੀਂ ਹਟੂੰਗਾ ਯਾਰ ਮੈਂ। ਲਾਈਕ ਆਈ ਟੋਲਡ ਯੂ, ਫਿਰ ਉਹਦੇ ਲਈ ਤਾਂ ਯੂ ਹੈਵ ਟੂ ਗੈਟ ਮੀ ਆਊਟ ਆਫ ਦਾ ਵੇ ਫਿਜ਼ੀਕਲੀ। ਔਰ ਮਾਫ਼ ਕਰਨਾ, ਜਿੱਦਣ ਰਿਮਾਂਡ ਲੈਣਗੇ ਨਾ ਕਪੂਰਥਲੇ, ਦੇਖੋ ਕਿੰਨਾ ਝੂਠ ਬੋਲ ਰਹੀ ਪ੍ਰੋਸੀਕਿਊਸ਼ਨ। ਕਹਿੰਦੇ ਖਹਿਰੇ ਦੇ ਲਿੰਕ ਅਸੀਂ ਵੈਰੀਫਾਈ ਕਰਨੇ ਆ ਲਾਰੈਂਸ ਬਿਸ਼ਨੋਈ ਦੇ ਨਾਲ, ਜੱਗੂ ਪੰਡਵਾ ਭਗਵਾਨਪੁਰੀ ਨਾਲ ਇਹਦੇ ਤਲੁਕਾਤ। ਤੁਹਾਨੂੰ ਲੱਗਦਾ ਯਾਰ ਮੈਂ ਲਾਰੈਂਸ, ਮੈਂ ਤਾਂ ਮੂਸੇ ਵਾਲੇ ਮਰਡਰ ਕੇਸ ਦੇ ਵਿੱਚ ਉਹਦੇ ਉਲਟ ਬੋਲਦਾ ਰਿਹਾ ਵਾਂ, ਉਹਦੇ ਇੰਟਰਵਿਊ ਨੂੰ ਲੈ ਕੇ ਮੈਂ ਉਹਦੇ ਉਲਟ ਬੋਲਦਾ ਰਿਹਾ। ਪੰਜਾਬ ਦੀ ਇੰਟੈਲੀਜੈਂਸ ADGP ਤੋਂ ਜਾ ਕੇ ਪੁੱਛੋ, ਦੇ ਹੈਵ ਏ ਵੈਰੀ ਇੰਪੋਰਟੈਂਟ ਇੰਟੈਲੀਜੈਂਸ ਇਨਪੁੱਟ ਕੇ ਲਾਰੈਂਸ ਬਿਸ਼ਨੋਈ ਦੇ ਗੈਂਗ ਤੋਂ ਖਹਿਰੇ ਦੇ ਪਰਿਵਾਰ ਨੂੰ ਖਤਰਾ ਹੈ, ਇਹਨਾਂ ਕੋਲ ਇਨਪੁੱਟ ਪਈ ਆ। ਤੇ ਅਦਾਲਤ ਵਿੱਚ ਜਾ ਕੇ ਕਹਿ ਰਹੇ ਇਹਦੇ ਜੱਗੂ ਭਗਵਾਨਪੁਰੀ ਦੇ ਲਾਰੈਂਸ ਬਿਸ਼ਨੋਈ, ਇਸ ਲੈਵਲ ਤੱਕ ਡਿੱਗ ਗਏ ਯਾਰ ਥੱਲੇ ਤਾਈ, ਮਤਲਬ ਇੰਨਾ ਝੂਠ। ਪਰ ਮੈਂ ਬੋਲਣ ਨੂੰ ਨਹੀਂ ਹਟ ਸਕਦਾ। ਹਾਂ, ਜਦੋਂ ਮੁਕਾ ਦਿਓ ਦੈਨ ਇਟਸ ਅ ਡਿਫਰੈਂਟ ਸਟੋਰੀ, ਬਟ ਅੰਟਿਲ ਦੈਨ ਜਦ ਤੱਕ ਮੇਰੇ ਸਾਹ ਚੱਲਦੇ ਨੇ, ਆਈ ਵਿਲ ਡੈਫੀਨੇਟਲੀ ਸਪੀਕ ਫੋਰ ਜਸਟਿਸ, ਨਾਟ ਇਨਜਸਟਿਸ। ਜੋ ਕੁਛ ਗਲਤ ਹੋ ਰਿਹਾ, ਚੰਗਾ ਕੰਮ ਕਰ ਰਿਹਾ ਭਗਵੰਤ, ਮੈਂ 100 ਵਾਰੀ ਤਾਰੀਫ ਕਰੂੰਗਾ। ਕੀਤਾ ਹੀ ਨਹੀਂ ਚੱਜਦਾ ਕੰਮ ਕੋਈ, ਜੇ ਕਰਦਾ ਮੈਂ ਉਹਨੂੰ ਸਮਝਾਉਂਦਾ ਕਿ ਆਹ ਤੇਰਾ ਚੰਗਾ ਕੰਮ, ਮੈਂ ਤੇਰੀ ਮਦਦ ਕਰੂੰਗਾ, ਤੇਰੀ ਤਾਰੀਫ ਕਰੂੰਗਾ, ਮੈਂ ਕਰ ਸਕਦਾ ਵਾਂ। ਆਹ ਮੇਰੀ ਦੋਸਤੋ ਦਾਸਤਾਨ ਹੈ। ਸੋ ਮੈਂ ਇੱਕ ਵਾਰ ਫਿਰ ਤੁਹਾਨੂੰ ਰਿਕੁਐਸਟ ਇਹੀ ਕਰਨਾ ਚਾਹੁੰਦਾ ਕਿ ਅਗਰ ਅੱਜ ਹੈਡਲਾਈਨ ਇਹੀ ਰਹਿਣ ਦਿਓਗੇ ਜਾਂ ਮਤਲਬ ਇਸੇ ਤੇ ਫੋਕਸ ਰਹਿਣ ਦਿਓ, ਤੁਹਾਡਾ ਸ਼ੁਕਰੀਆ ਵਾ। ਸਾਡੀ ਪਾਰਟੀ ਦੇ ਬੜੇ ਆਗੂ ਬੈਠੇ ਨੇ ਸਤਿਕਾਰਯੋਗ, ਮੈਂ ਹੁਣ ਮਾਈਕ ਉਹਨਾਂ ਨੂੰ ਦੇ ਦਿੰਦਾ, ਫੜਾ ਦਿੰਦਾ। ਔਰ ਮੈਂ ਇੱਥੇ ਧੰਨਵਾਦ ਕਰਨਾ ਚਾਹੁੰਦਾ, ਚਲੋ ਦੁਨੀਆਂ ਦਾ ਕਰਦਾ, ਉਸ ਅਕਾਲਪੁਰਖ ਦਾ ਕਰਦਾ, ਵਾਹਿਗੁਰੂ ਦਾ, ਸਾਰੇ ਆਪਣੇ ਜਿਹਨਾਂ ਨੇ ਅਰਦਾਸਾਂ ਕੀਤੀਆਂ ਸਾਡੇ ਲਈ। ਬੜਾ ਬਹੁਤ ਥੈਂਕ ਯੂ। ਮੈਂ ਤਾਂ ਆਪ ਨੋਟ ਦੈਟ ਇਜ਼ ਮਾਈ ਸਨ, ਨੋ, ਮੇਰੇ ਪਿਤਾ ਜੀ ਇਹਦੇ ਦਾਦੇ ਨੇ ਸਰਦਾਰ ਸੁਖਜਿੰਦਰ ਸਿੰਘ ਨੇ ਇਹਨੂੰ ਸਿੱਖਿਆ ਦਿੱਤੀ, ਮੈਂ ਤਾਂ ਦੇ ਹੀ ਨਹੀਂ ਸਕਿਆ, ਮੈਂ ਟਾਈਮ ਹੀ ਨਹੀਂ ਸੀਗਾ। ਇਹਨੂੰ ਪਤਾ ਨਹੀਂ ਕਿੱਦਾਂ ਦੀ ਸਿੱਖਿਆ ਦਿੱਤੀ ਆ, ਇਹ ਮੇਰੇ ਨਾਲੋਂ ਕਿਤੇ ਜ਼ਿਆਦਾ ਹੰਬਲ, ਅੱਛਾ, ਇਨਸਾਫ਼ ਦੀ ਲੜਾਈ, ਇਸ ਕਰਕੇ ਨਹੀਂ ਕਿ ਮੇਰਾ ਬੇਟਾ ਵਾ। ਔਰ ਮੈਨੂੰ ਬੜੀ ਖੁਸ਼ੀ ਹੋਈ ਪ੍ਰਧਾਨ ਜੀ ਨੇ ਪਰਸੋਂ ਮੈਨੂੰ ਟੈਲੀਫੋਨ, ਜਦੋਂ ਮੈਂ ਰਿਹਾ ਹੋਇਆ, ਉਹ ਕਹਿੰਦਾ ਆਪਣੇ ਬੇਟੇ ਦਾ ਕੰਪਲੀਮੈਂਟ ਲੈ ਲਾ, ਤੂੰ ਬੜਾ ਲੱਕੀ ਆ ਕਿ ਤੇਰੇ ਕੋਲ ਮਹਿਤਾਬ ਵਰਗਾ ਬੱਚਾ ਮੁੰਡਾ। ਮੈਂ ਕਿਹਾ ਬਸ ਇਹੀ ਮੇਰੀ ਕਮਾਈ ਆ, ਸਮਝੋ ਜ਼ਿੰਦਗੀ ਦੀ ਇਹੀ ਮੇਰੀ ਕਮਾਈ ਆ। ਇਹਨਾਂ ਤੋਂ ਇਲਾਵਾ ਹੋਰ ਅੱਛੇ ਅੱਛੇ ਬੰਦਿਆਂ ਨੇ ਕਿਹਾ ਮੈਨੂੰ ਕਿ ਯਾਰ ਤੇਰੇ ਪਿੱਛੋਂ ਉਸਨੇ ਬਹੁਤ ਵਧੀਆ ਤਰੀਕੇ ਨਾਲ ਤੇਰਾ ਜਿਹੜਾ ਸੀਗਾ ਉਹ ਪੂਰਾ ਫੋਰਟ ਨੂੰ ਹੋਲਡ ਕੀਤਾ, ਆਪਣੀ ਡਿਫੈਂਸ ਲਾਈਨ ਨੂੰ ਮਜ਼ਬੂਤ ਰੱਖਿਆ, ਘਬਰਾਇਆ ਨਹੀਂ, ਕਰਿਆ ਨਹੀਂ ਹਾਸਿਲ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ।